आईजी रीडिंग आज एक ਸਾਡੇ ਲਈ ਸੰਤਾਪ ਬਣ ਕੇ ਵਹਿ ਗਈਆਂ ਨੇ ਬਿਕੋਜ਼ ਉਹਦੇ ਲਈ ਹਾਈ ਫਰਟੀਲਾਈਜ਼ਰ ਇਨਪੁਟ ਹੋ ਰਿਹਾ ਔਰ ਸਾਡਾ ਜਿਹੜਾ ਵਾਟਰ ਟੇਬਲ ਹੈ ਉਹ ਦਿਨ-ਦਿਨ ਥੱਲੇ ਜਾ ਰਿਹਾ ਤੋੜ ਦੇ ਖਿਆਲ ਚ ਇਹ ਜੋ ਸਬਸਿਡੀਆਂ ਨੂੰ ਲੈ ਕੇ ਪਾਲਿਸੀ ਸੀਗੀ ਹੈਜ਼ ਇਟ ਬੀਨ ਹੈਲਪਫੁਲ ਔਰ ਹਰਟਫੁਲ ਦਸ ਫਾਰ ਜਦੋਂ ਸਬਸਿਡੀ ਅਨਾਉਂਸ ਹੋ ਜਾਂਦੀ ਹੈ ਜਿਹੜੇ ਮੈਨੂਫੈਕਚਰਰ ਨੇ ਉਹ ਦੇਤੇ ਰੇਟ ਡਬਲ ਕਰ ਦਿੰਦੇ ਆ। ਕੰਟਰੋਲਾ ਪੈ ਰੇ ਅੰਬਾਨੀਆਂ ਅਡਾਨੀਆਂ ਨੂੰ ਮਿਲ ਰਿਹਾ ਸਾਰਾ ਕੁਝ। ਉਵੇਂ ਪੰਜਾਬ ਦੀਆਂ ਵੀ ਜੜੀਆਂ ਕੀ ਫੈਮਿਲੀਜ਼ ਹੈਗੀਆਂ ਨੇ ਉਹ ਆਪਦੇ ਕੋਲ ਮਤਲਬ ਕੋਸ਼ਿਸ਼ ਕਰਦੀਆਂ ਨੇ। ਮੈਨੂੰ ਲੱਗਦਾ ਸਾਰੇ ਪੰਜਾਬ 'ਚ ਰੌਲਾ ਤਾਂ ਇਵੇਂ ਹੀ ਪੈਂਦਾ ਵੀ ਤੁਸੀਂ ਸਹਾਇਕਤੰਦੇ ਕਰੋ, ਇਦਾਂ ਕਰੋ। ਬਟ ਕੋਈ ਪ੍ਰੋਪਰ ਪਾਲਿਸੀਜ਼ ਨਹੀਂ ਆਉਂਦੀਆਂ ਸਹਾਇਕਤੰਦਿਆਂ ਦੇ ਨਾਮ ਤੇ ਕਈ ਵਾਰੀ ਲੋਕ ਸਬਸਿਡੀਆਂ ਲੈ ਲੈਂਦੇ ਆ ਬਟ ਅਗਰ ਮਾਰਕੀਟਿੰਗ ਦੀ ਗੱਲ ਆਉਂਦੀ ਹੈ ਅਮਰੀਕਾ ਦੇ ਵਿੱਚ ਉਹ ਫਾਰਮਰਸ ਨੂੰ ਮਾਰਕੀਟਿੰਗ ਦੇ ਬਹੁਤ ਜ਼ਿਆਦਾ ਪ੍ਰੋਵੀਜ਼ਨਸ ਹਨ ਤੁਸੀਂ ਇੱਥੇ ਦੀ ਜੋ ਸਹੂਲਤਾਂ ਮਾਰਕੀਟਿੰਗ ਦੇ ਤੌਰ ਤੇ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਉਹਨਾਂ ਦੇ ਬਾਰੇ ਦੱਸੋ ਖਾਸ ਕਰਕੇ ਜੋ ਪੋਟੇਟੋਜ਼ ਵਾਲੀ ਤੁਸੀਂ ਮੈਨੂੰ ਗੱਲ ਦੱਸ ਰਹੀ ਸੀ ਜਸ ਪੰਜਾਬੀ ਦੇਖਦੇ ਹੋ ਇਸ ਸਾਰੇ ਦਸ਼ਕਨ ਮੇਨੂ ਰਪਿਆ ਭਰੀ ਸਿੱਛੀ ਕਾਲ ਤੁਹਾਡੇ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਇਸ ਕਿਸਾਨ ਮੋਰਚੇ ਨੂੰ ਲੈ ਕੇ ਤੇ ਜੋ ਅੰਦੋਲਨ ਹੈ ਆਫਕੋਰਸ ਤੁਹਾਨੂੰ ਵਕ ਵਕ ਅਪਡੇਟਸ ਤੇ ਓਨ ਦਾ ਗਰਾਉਂਡ ਕੀ ਡਿਵੈਲਪਮੈਂਟਸ ਹੈਗੀ ਉਹਨਾਂ ਦੀ ਇੱਕ ਇੱਕ ਜਾਣਕਾਰੀ ਪ੍ਰੋਵਾਈਡ ਕਰ ਰਹੇ ਹਾਂ ਬਟ ਜਾਣਕਾਰੀ ਨਾ ਕਿ ਸਿਰਫ ਗਰਾਉਂਡ ਤੇ ਕੀ ਕੁਝ ਹੋ ਰਿਹਾ ਉਹਦੀ ਤੁਹਾਨੂੰ ਇਸ ਮੰਚ ਤੇ ਦਿੱਤੀ ਜਾ ਰਹੀ ਹੈ ਬਟ ਜਾਣਕਾਰੀ ਇਸ ਪੂਰੀ ਸਮੱਸਿਆ ਦੀ ਇੰਡੀਆ ਦੇ ਵਿੱਚ ਜਿੱਥੇ ਐਗਰੀਕਲਚਰ ਇੰਡਸਟਰੀ ਦੀ ਗੱਲ ਆਉਂਦੀ ਹੈ ਇਹ ਚੀਜ਼ ਇਨ ਤਿੰਨ ਕਾਨੂੰਨਾ ਤੋਂ ਵੱਧ ਚੜ ਕੇ ਕਿੰਨੇ ਲੰਬੇ ਸਮੇਂ ਤੋਂ ਕਿਸ ਤਰ੍ਹਾਂ ਡਿਵੈਲਪ ਹੋ ਰਹੀ ਹੈ ਉਸ ਰੀਸਨਸਮਝਣ ਲਈ ਅ ਅੱਜ ਤਰਨਾਲ ਥੋੜੀ ਜੀ ਗੱਲ ਕਰਾਂਗੇ ਤੇ ਇਸ ਚੀਜ਼ ਤੇ ਸਾਨੂੰ ਆਪਣੀ ਇਨਸਾਈਟ ਤੇ ਐਕਸਪਰਟੀਸ ਸਾਡੇ ਨਾਲ ਸ਼ੇਅਰ ਕਰਨ ਲਈ ਸਾਡੇ ਗੈਸਟ ਮੌਜੂਦ ਹਨ ਸਭ ਤੋਂ ਪਹਿਲੇ ਤਾਂ ਮੈਂ ਵੈਲਕਮ ਕਰਨਾ ਚਾਹਾਂਗੀ ਅਮਰਿੰਦਰ ਸਿੰਘ ਬਾਰਾੜ ਜੀ ਨੂੰ ਸਭ ਤੋਂ ਪਹਿਲੇ ਅਮਰਿੰਦਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਮੈਮ ਅਸੀ ਕਹਿੰਦੇ ਇਟਸ ਰੀਲੀ ਗ੍ਰੇਟ ਟੂ ਹੈਵ ਯੂ ਮੇ ਵਿਊਰਸ ਨੂੰ ਦੱਸਣਾ ਚਾਹੁੰਦੀ ਆ ਕਿ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜੋ ਕਿ ਲੁਧਿਆਣਾ ਪੈਂਦੀ ਹੈ ਉਹਦੇ ਵਿੱਚ ਤੁਸੀਂ 10 ਤੋਂ ਵੱਧ ਸਾਲ ਆਪਣੇ ਦਿੱਤੇ ਇੱਕ ਸਟੂਡੈਂਟ ਦੇ ਤੌਰ ਤੇ ਪੋਸਟ ਗ੍ਰੈਜੂਏਟ ਦੇ ਤੌਰ ਤੇ ਇੱਕ ਸੀਨੀਅਰ ਰਿਸਰਚ ਫੈਲੋ ਦੇ ਤੌਰ ਤੇ ਬਟ ਈਵਨ ਮੋਰ ਦਨ ਥੈਟ ਜਿੱਥੇ ਖੇਤੀਬਾੜੀ ਦੀ ਗੱਲ ਆਂਦੀ ਹੈ ਤੁਹਾਡਾ ਪਰਿਵਾਰ ਇੱਕ ਫਾਰਮਿੰਗ ਇੱਕ ਪ੍ਰੋਗਰੈਸਿਵ ਫਾਰਮਿੰਗ ਤੁਸੀਂ ਫੈਮਿਲੀ ਵਿੱਚੋਂ ਆਂਦੇ ਹੋ ਜੋ ਪਿਛਲੇ 50 ਪਲਸ ਈਅਰਸ ਤੋਂ ਇਸ ਪਾਸੇ ਲੱਗਿਆ ਹੋਇਆ ਹੈ ਤੇ ਅਗਰ ਆਪਾਂ ਮਾਡਰਨ ਫਾਰਮਿੰਗ ਦੀ ਗੱਲ ਕਰਦੇ ਆ ਤੁਹਾਡੇ ਕੋਲ ਇੱਕ ਇਤਿਹਾਸਿਕ ਇਨਸਾਈਟ ਵੀ ਹੈਗੀ ਤੇ ਤੁਹਾਡੇ ਕੋਲ ਇੱਕ ਮਾਡਰਨ ਰਿਸਰਚ ਬੇਸਡ ਇਨਸਾਈਟ ਵੀ ਹੈਗੀ ਇਸ ਫੀਲ드 ਦੇ ਵਿੱਚ ਸੋ ਆਮ ਸੋ ਗਲੈਡ ਕਿ ਤੁਸੀਂ ਸਾਡੇ ਨਾਲ ਜੁੜ ਕੇ ਇਹ ਥੋੜੀ ਜੀ ਇਨਫੋਰਮੇਸ਼ਨ ਸਾਡੇ ਵਿਊਅਰਸ ਤੱਕ ਪਹੁੰਚਾ ਸਕਦੇ ਹੋ ਅਮ ਅਮਰਿੰਦਰ ਜੀ ਸਭ ਤੋਂ ਪਹਿਲੇ ਤਾਂ ਯੂ نو ਜਦੋਂ ਅੰਦੋਲਨ ਦੀ ਗੱਲ ਆਉਂਦੀ ਹੈ ਅਮ ਫਾਰਮਰਸ ਦੀ ਕੁਝ ਬੇਸਿਕ ਰਾਈਟਸ ਤੇ नीड्स ਦੀ ਗੱਲ ਸਭ ਤੋਂ ਅੱਗੇ ਉੱਭਰ ਕੇ ਆ ਰਹੀ ਐ ਇਸ ਅੰਦੋਲਨ ਦੇ ਵਿੱਚ ਰਾਈਟ ਅਮ ਕੀ ਕੀ ਕੁਝ ਪ੍ਰੋਵੀਜ਼ਨਸ ਉਹਨਾਂ ਨੂੰ ਚਾਹੀਦੀਆਂ ਕੀ ਪ੍ਰੋਵੀਜ਼ਨਸ ਉਹਨਾਂ ਨੂੰ ਦਿੱਤੀਆਂ ਗਈਆਂ ਸਰਕਾਰ ਵੱਲੋਂ ਤੇ ਕੀ ਨਹੀਂ ਉਹਨਾਂ ਨੂੰ ਮਿਲ ਰਹੀਆਂ ਜਾਂ ਕੀ ਉਹਨਾਂ ਨੂੰ ਡਿਨਾਈ ਹੋਣ ਜਾ ਰਹੀਆਂ ਅਮ ਤੁਹਾਡੇ ਖਿਆਲ ਚ ਕਿਸ ਤਰ੍ਹਾਂ ਦੀ ਪ੍ਰੋਵੀਜ਼ਨਸ ਅੱਜ ਦੀ ਡੇਟ ਵਿੱਚ ਇਸ ਅੰਦੋਲਨ ਨੂੰ ਛੱਡ ਕੇ ਅਗਰ ਆਪਾਂ ਕਹਿੰਦੇ ਆ 2020 ਤੋਂ ਪਹਿਲੇ ਦੀ ਗੱਲ ਆਪਾਂ ਕਰਦੇ ਆ ਕਿਸ ਤਰ੍ਹਾਂ ਦੀ ਪ੍ਰੋਵੀਜ਼ਨਸ ਫਾਰਮਰਸ ਨੂੰ ਦਿੱਤੀਆਂ ਜਾ ਰਹੀਆਂ ਸੀ ਗਵਰਨਮੈਂਟ ਵੱਲੋਂ ਦੇਖੋ ਮੈਮ ਪਹਿਲਾਂ ਤਾਂ ਪ੍ਰੋਵੀਜ਼ਨਸ ਆਫਟਰ ਦਾ ਮਤਲਬ ਜਿਹੜੀ ਰੈਗੂਲੇਸ਼ਨ ਆਫ ਗ੍ਰੀਨ ਰੈਵੋਲੂਸ਼ਨ ਗਵਰਨਮੈਂਟ ਨੇ ਸਾਡੇ ਪੰਜਾਬ ਨੂੰ ਲਾਈਕ ਇਸ ਪਾਸੇ ਮੋੜਿਆ ਕਿ ਸਾਨੂੰ ਨਵੀਆਂ ਵੈਰਾਈਟੀਆਂ ਜਿਹੜੀਆਂ ਕਿ ਜ਼ਿਆਦਾ ਝਾੜ ਦਿੰਦੀਆਂ ਉਹਨਾਂ ਵੱਲ ਮੋੜਿਆ ਪਹਿਲਾਂ ਲੋਕ ਵਿਰਾਸਤੀ ਖੇਤੀ ਕਰ ਰਹੇ ਸੀਗੇ ਤਾਂ ਉਹ ਵਿਰਾਸਤੀ ਤੋਂ ਹਟ ਕੇ ਫਿਰ ਇਹਨਾਂ ਨੇ ਇੱਕ ਮਾਡਰਨ ਚੈਨਲ ਵੱਲ ਮੂਵ ਕੀਤਾ ਆਫਟਰ 60ਸ ਚਲੋ ਲੋਕਾਂ ਨੇ ਉਧਰਲੇ ਪਾਸੇ ਆਉਦਾ ਜਦੋਂ ਮਹਾਨ ਕੀਤਾ ਤਾਂ ਅੱਜ ਕਿਹਦਾ ਕੀ ਸਿਨੈਰੀਓ ਹੈ ਕਿ ਗਵਰਨਮੈਂਟ ਉਸ ਚੀਜ਼ ਤੋਂ ਉਹਨਾਂ ਨੂੰ ਫੇਰ ਪਿੱਛੇ ਕਰ ਰਹੀ ਹੈ ਕਿ ਤੁਸੀਂ ਇਹ ਮਾਡਰਨ ਹੁਣ ਛੱਡ ਦਿਓ ਜਿਹੜਾ ਅਸੀਂ ਤੁਹਾਨੂੰ ਸਿਸਟਮ ਦਿੱਤਾ ਸੀ ਉਹ ਹੁਣ ਅਸੀਂ ਇਸ ਤੋਂ ਬਾਅਦ ਆਪਣੇ ਤਰੀਕੇ ਨਾਲ ਫੇਰ ਚਲਾਵਾਂਗੇ ਤਾਂ ਉੱਥੇ ਆ ਕੇ ਰੈਜ਼ਿਸਟੈਂਸ ਆ ਗਈ ਇੱਕ that that's why ਲੋਕ ਜਿਹੜੇ ਪ੍ਰੋਟੈਸਟ ਕਰ ਰਹੇ ਆ ਹੂੰ ਹੂੰ ਅ ਜਿੱਥੇ ਸਹੂਲਤਾਂ ਦੀ ਗੱਲ ਆਉਂਦੀ ਹੈ ਆਫ ਕੋਰਸ ਅਮ ਕੁਝ ਬੇਸਿਕ ਇਦਾਂ ਦੀ ਵੀ ਚੀਜ਼ ਨੀਡਸ ਹਨ ਅਮ ਜੋ ਯੂ نو ਇਟ ਸੀਮਸ ਲਾਈਕ ਕਾਮਨ ਸੈਂਸ ਰਾਈਟ ਅਮ ਲੈਟਸ ਟੇਕ ਐਜੂਕੇਸ਼ਨ ਫਾਰ ਐਗਜ਼ਾਮਪਲ ਫਾਰਮਰ ਦੀ ਐਜੂਕੇਸ਼ਨ ਨੂੰ ਲੈ ਕੇ ਕਿੱਥੇ ਇੱਕ ਗੈਪ ਹੈਗਾ ਤੁਹਾਡੇ ਖਿਆਲ ਚ ਅ ਮੈਮ ਇਹ ਹੈ ਕਿ ਦੇਖੋ ਜਿਵੇਂ ਕਿ ਆਪਾਂ ਕਹੀਏ ਕਿ ਗਵਰਨਮੈਂਟ ਜਾਂ ਯੂਨੀਵਰਸਿਟੀਆਂ ਬਹੁਤ ਰਿਸਰਚ ਕਰ ਰਹੀਆਂ ਨੇ ਨਿਤ ਨਵੀ ਤੋਂ ਨਵੀਂ ਟੈਕਨੋਲੋਜੀ ਲੈ ਕੇ ਆ ਰਹੀਆਂ ਨੇ ਬਟ ਉਹ ਟੈਕਨੋਲੋਜੀ देयर इज अ ਕਮਿਊਨੀਕੇਸ਼ਨ ਗੈਪ ਉਹ ਟੈਕਨੋਲੋਜੀ ਉਹ ਫਾਰਮਰਸ ਨੂੰ ਨਹੀਂ ਦੇ ਸਕ ਰਹੀ ਕਈ ਵਾਰੀ ਤਾਂ ਉਹ ਟੈਕਨੋਲੋਜੀ ਉਹਨਾਂ ਲਈ ਇੱਕ ਮਹਿੰਗੀ ਸਾਬਤ ਹੋ ਜਾਂਦੀ ਹੈ ਹੂੰ ਕਈ ਵਾਰੀ ਉਹ ਟੈਕਨੋਲੋਜੀ ਉਹਨਾਂ ਦੇ ਖੇਤਾਂ ਚ ਆ ਕੇ ਫੇਲ ਹੋ ਜਾਂਦੀ ਹੈ ਹੂੰ ਠੀਕ ਹੈ ਇਹਦੇ ਵਿੱਚ ਜੇ ਆਪਾਂ ਕਹੀਏ ਕਿ ਹੋਲੀ ਸੋਲੀ ਗਵਰਨਮੈਂਟ ਦਾ ਰੋਲ ਹੈ ਵੀ ਜਾਂ ਗਵਰਨਮੈਂਟ ਉੱਥੇ ਨਹੀਂ ਕਰ ਰਹੀ ਗਵਰਨਮੈਂਟ ਆਪਦਾ ਪੱਖ ਨਿਭਾ ਰਹੀ ਹੈ ਬਟ ਉਹ ਇੱਕ ਪੂਰੀ ਕੰਪਲੀਟ ਰਿਸਰਚ ਐਂਡ ਡਵੈਲਪਮੈਂਟ ਜਾਂ ਉਹਦੇ ਤੇ ਪੈਸਾ ਇਨਵੈਸਟ ਨਹੀਂ ਕਰ ਰਹੀ ਜਿਹਦੇ ਕਰਕੇ ਉਹ ਆਲਟੀਮੇਟਲੀ ਆ ਕੇ ਫੇਲ ਹੋ ਜਾਂਦੀ ਹੈ ਕਈ ਵੈਰਾਈਟੀਆਂ ਵੀ ਜਿਹੜੀਆਂ ਕਿ ਯੂਨੀਵਰਸਿਟੀ ਵੱਲੋਂ ਦਿੱਤੀਆਂ ਗਈਆਂ ਆ ਉਹ ਫੀਲਡ ਦੇ ਵਿੱਚ ਆ ਕੇ ਫੇਲ ਹੋ ਜਾਂਦੀਆਂ ਵੈਰਾਈਟੀਆਂ ਸੀਡਸ ਫੋਰ ਐਗਜ਼ਾਮਪਲ ਸੀਡਸ ਅਚਾਹ ਇਨ ਕੇਸ ਆਫ ਵੀਟ ਐਂਡ ਰਾਈਸ ਜਿਵੇਂ ਸਾਡੇ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਬੇਸਿਕਲੀ ਉਹ ਮੋਨੋਕ੍ਰੋਪਿੰਗ ਹੈ ਮੋਨੋਕ੍ਰੋਪਿੰਗ ਕਿ ਵੀਟ ਦੇ ਬਾਅਦ ਰਾਈਸ ਰਾਈਸ ਦੇ ਬਾਅਦ wheat ਅਸੀਂ ਕੋਈ ਵੀ ਹੋਰ ਡਾਈਵਰਸੀਫਿਕੇਸ਼ਨ ਵੱਲ ਮੂਵ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਰਹੇ ਬਿਕੋਜ਼ ਸਾਨੂੰ ਇਸ ਚੀਜ਼ ਦੇ MSP ਮਿਲ ਰਿਹਾ ਹੈ ਹੋਰ ਚੀਜ਼ਾਂ ਦਾ ਸਾਨੂੰ MSP ਨਹੀਂ ਮਿਲ ਰਿਹਾ ਤਾਂ ਜਿਹੜਾ ਫਾਰਮਰ ਹੈ ਉਹਨੂੰ ਅਸ਼ਿਉਰਟੀ ਚਾਹੀਦੀ ਹੈ ਕਿ ਉਹ ਜਦੋਂ ਪ੍ਰੋਡਿਊਸ ਆ ਜਾਂਦੀ ਹੈ ਤਾਂ ਉਹ ਉਹਦੀ ਵਿਕਣੀ ਜਦੋਂ ਸੰਭਵ ਹੋ ਜਾਂਦੀ ਹੈ ਤਾਂ ਉਹਨੂੰ ਉਹਦੇ ਰਿਟਰਨਸ ਅੱਛੇ ਮਿਲ ਜਾਂਦੇ ਆ ਤਾਂ ਫਿਰ ਉਹ ਫਾਰਮਰ ਉਧਰ ਵੱਲੀ ਮੂਵ ਕੀਤਾ ਹੋਇਆ। ਹਮਮ ਇਹੇ ਚੀਜ਼ਾਂ ਸੀਗੀਆਂ ਜਿਹੜੀਆਂ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਆਈਆਂ ਹਾਈ ੀਲਡਿੰਗ ਵੈਰਾਈਟੀਆਂ ਠੀਕ ਹੈ ਉਹ ਹਾਈ ੀਲਡਿੰਗ ਅੱਜ ਇੱਕ ਸਾਡੇ ਲਈ ਸੰਤਾਪ ਬਣ ਕੇ ਵਹਿ ਗਈਆਂ ਨੇ ਬਿਕੋਜ਼ ਉਹਦੇ ਲਈ ਹਾਈ ਫਰਟੀਲਾਈਜ਼ਰ ਇਨਪੁਟ ਹੋ ਰਿਹਾ ਔਰ ਸਾਡਾ ਜਿਹੜਾ ਵਾਟਰ ਟੇਬਲ ਹੈ ਉਹ ਦਿਨ-ਬਦਨ ਥੱਲੇ ਜਾ ਰਿਹਾ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸਰਕਾਰਾਂ ਔਰ ਸਾਰੇ ਬਹੁਤ ਰੌਲਾ ਪਾ ਰਹੇ ਆ ਬਟ ਇਸ ਚੀਜ਼ ਤੇ ਕੋਈ ਸਟ੍ਰਿਕਟ ਐਕਸ਼ਨ ਨਹੀਂ ਲਿਆ ਜਾਂਦਾ ਕੋਈ ਪਾਲਿਸਿਸ ਨਹੀਂ ਬਣਾਈਆਂ ਜਾ ਰਹੀਆਂ ਅੱਛਾ ਜੀ ਤਾਂ ਮੈਨੂੰ ਲੱਗਦਾ ਜਿੱਥੋਂ ਤੱਕ ਮੇਰੀ ਨੋਲੇਜ ਹੈ ਵੀ ਅੱਜ ਤੱਕ ਕੋਈ ਜਿਹੜੀਆਂ ਪਾਲਿਸਿਸ ਬਣੀਆਂ ਨੇ ਉਹ ਇੰਪਲੀਮੈਂਟ ਨਹੀਂ ਹੋਈਆਂ ਠੀਕ ਹੈ ਤੇ ਕਿਤੇ ਤਾਂ ਲੈਵਲ ਸਾਡੇ ਪਥੱਲੇ ਵਾਲਾ ਪਾਣੀ ਕਿਤੇ ਤਾਂ ਪੀਣ ਯੋਗ ਨਹੀਂ ਏ ਕਿਤੇ ਉਹ ਮਤਲਬ ਇੰਨਾ ਜ਼ਿਆਦਾ ਉੱਥੇ ਸੀਮ ਆ ਚੁੱਕੀ ਏ ਕਿਤੇ ਮਤਲਬ ਉੱਥੇ ਪਾਣੀ ਗਰਾਊਂਡ ਵਾਟਰ ਦਿਨ ਬਦ ਦਿਨ ਥੱਲੇ ਜਾ ਰਿਹਾ ਮਤਲਬ ਇਸ ਚੀਜ਼ ਨੂੰ ਪ੍ਰੋਪਰ ਮੇਨਟੇਨ ਕਰਨ ਦੀ ਲੋੜ ਹੈ ਐਂਡ ਇਹ ਜਿਵੇਂ 60s ਦੇ ਵਿੱਚ ਹੋਇਆ ਸੀ ਗ੍ਰੀਨ ਰੈਵੋਲੂਸ਼ਨ ਨੇ ਇੱਕ ਚੀਜ਼ ਮਤਲਬ ਦਿੱਤੀ ਸੀ ਸਾਨੂੰ ਵੀ ਉਹਨਾਂ ਨੂੰ ਫਾਰਮਰਸ ਨੂੰ ਸੀਡਸ ਦਿੱਤੇ ਸੀ ਉਵੇਂ ਅੱਜ ਇੱਕ ਨਵੀਂ ਪਾਲਿਸੀ ਬਣਾਉਣ ਦੀ ਲੋੜ ਹੈ ਅੱਛਾ ਜੀ અમરਿੰਦਰજી ਤੁਸੀਂ પોલિસીઝ દી ગલ કીતી تے પોલિસી ਨੂੰ ਲੈ ਕੇ તા એ સారా ਹੁਣ ਆਪਾਂ ਕਹਿ ਸਕਦੇ ਐ ਐਜੀਟੇਸ਼ਨ ਇੱਕ ਹਿਸਟੋਰਿਕ ਸਾਨੂੰ ਇਹ ਚੀਜ਼ ਵੇਖਣ ਨੂੰ ਮਿਲ ਰਹੀ ਐ ਅਮ ਬਰ ਜਿੱਥੇ ਪਾਲਿਸੀਜ਼ ਦੀ ਗੱਲ ਆਂਦੀ ਐ ਯੂ نو ਖਾਸ ਕਰਕੇ ਸਬਸਿਡੀਜ਼ ਰਾਈਟ ਸਬਸਿਡੀਜ਼ ਨੂੰ ਲੈ ਕੇ ਪਾਲਿਸੀ ਆਲਰੇਡੀ ਬਣੀ ਹੋਈ ਸੀ ਤੁਹਾਡੇ ਖਿਆਲ ਚ ਇਹ ਜੋ ਸਬਸਿਡੀਜ਼ ਨੂੰ ਲੈ ਕੇ ਪਾਲਿਸੀ ਸੀਗੀ ਹੈਜ਼ ਇਟ ਬੀਨ ਹੈਲਪਫੁਲ অর ਹਰਟਫੁਲ ਦੱਸ ਫਾਰ ਦੇ ਕੋ ਮੈਮ ਸਬਸਿਡੀਜ਼ ਦੇਨੀਆਂ ਕੋਈ ਮਾੜੀ ਗੱਲ ਨਹੀਂ ਹੈ ਸਰਕਾਰ ਸਬਸਿਡੀਆਂ ਦਿੰਦੀ ਹੈ ਫਾਰਮਰਸ ਨੂੰ ਉੱਤੇ ਲੈ ਕੇ ਆਉਣ ਵਾਸਤੇ ਬਟ ਉਹ ਸਬਸਿਡੀਆਂ ਦਾ ਮਿਸਯੂਜ਼ ਹੋ ਰਿਹਾ ਹੈ ਮਿਸਯੂਜ਼ ਇਸ ਤਰ੍ਹਾਂ ਹੋ ਰਿਹਾ ਹੈ बिकॉज़ ਜਿਹੜੇ ਇੰਪਲੀਮੈਂਟ ਗਵਰਨਮੈਂਟ ਸਬਸਿਡੀਆਂ ਦਿੰਦੀਆਂ ਨੇ ਉਹ ਇੰਪਲੀਮੈਂਟਸ ਜਿਹੜੇ ਬਣਾਉਣ ਵਾਲੇ ਐ ਉਹ ਪਹਿਲਾਂ ਹੀ ਉਹਨਾਂ ਦੇ ਰੇਟ ਡਬਲ ਕਰ ਦਿੰਦੇ ਆ ਉਹ ਰੇਟ ਡਬਲ ਕਰਨ ਨਾਲ ਜਿਹੜਾ ਸਬਸਿਡੀ ਦਾ ਕੋਈ ਬੈਨੀਫਿਟ ਐ ਫਾਰਮਰ ਨੂੰ ਤਾਂ ਉਹ ਇੰਪਲੀਮੈਂਟ ਉਸੇ ਕੋਸਟ 'ਚ ਮਿਲਦਾ ਹਮ ਇਹਦੇ ਤੇ ਕੋਈ ਰੈਗੂਲੇਸ਼ਨ ਨਹੀਂ ਵੀ ਤੁਸੀਂ ਆਪ ਦਾ ਜਿਹੜਾ ਪ੍ਰਾਈਸ ਹੈ ਜਦੋਂ ਸਬਸਿਡੀ ਅਨਾਉਂਸ ਹੋ ਜਾਂਦੀ ਹੈ ਜਿਹੜੇ ਮੈਨੂਫੈਕਚਰਰ ਨੇ ਉਹ ਰੇਟ ਡਬਲ ਕਰ ਦਿੰਦੇ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਉੱਥੇ ਕੋਈ ਸਬਸਿਡੀ ਰਹਿ ਜਾਂਦੀ ਹੈ ਗਵਰਨਮੈਂਟ ਆਪ ਦਾ ਪੱਖ ਪੂਰ ਰਹੀ ਹੈ 노 ਡਾਊਟ ਬਟ ਉਹਨੂੰ ਰੈਗੂਲੇਟ ਵੀ ਤਾਂ ਕਰੇ ਉਹਨੂੰ ਇੰਪਲੀਮੈਂਟਰੀ ਤਾਂ ਪ੍ਰੋਪਰ ਕਰੇ ਵੀ ਅਸੀਂ ਐਨੇ ਪਰਸੈਂਟ ਉਹਦੇ ਤੇ ਸਬਸਿਡੀ ਦੇ ਰਹੇ ਆ ਐਂਡ ਉਹਦਾ ਪ੍ਰਾਈਸ ਇਹੀ ਹੋਊਗਾ ਤਾਂ ਇਹ ਚੀਜ਼ ਤਾਂ ਕਿਤੇ ਹੈ ਹੀ ਨਹੀਂ ਕਈ ਵਾਰੀ ਕੀ ਹੁੰਦਾ ਸਾਰੇ ਦੀ ਸਾਰੀਆਂ ਸਬਸਿਡੀਆਂ ਕੋਈ ਹੋਰ ਹੀ ਲੈ ਜਾਂਦਾ अच्छा जी वो ਆਮ ਫਾਰਮਰ ਤੱਕ ਪਹੁੰਚਦੀ ਹੋਈ ਨਹੀਂ ਕੋਈ ਹੋਰ ਮਤਲਬ ਮੈਨੂੰ ਸਮਝ ਨਹੀਂ ਲੱਗੀ ਔਰ ਯੂ ਮੀਨ ਕੋਈ ਹੋਰ ਹੀ ਲੈ ਜਾਂਦਾ ਮੈਮ ਦੇਖੋ ਕੋਈ ਕਈ ਵਾਰੀ ਕੀ ਹੁੰਦਾ ਰਸੂਖ ਵਾਲੇ ਆਦਮੀ ਜਾਂ ਵੱਡੇ ਘਰਾਣੇ ਜਿਹੜੇ ਆਪਾਂ ਜਿਵੇਂ ਕੀ ਹੁਣ ਰੋਲਾ ਪੈ ਰਹੇ ਅਮਬਾਨੀਆਂ ਅਡਾਨੀਆਂ ਨੂੰ ਮਿਲ ਰਿਹਾ ਸਾਰਾ ਕੁਝ ਓਵੇਂ ਪੰਜਾਬ ਦੀਆਂ ਵੀ ਜੜੀਆਂ ਕੀ ਫੈਮਲੀਆਂ ਹੈਗੀਆਂ ਨੇ ਉਹ ਆਪਦੇ ਕੋਲ ਮਤਲਬ ਕੋਸ਼ਿਸ਼ ਕਰਦੀਆਂ ਨੇ ਤੇ ਮਤਲਬ ਇਹ ਚੀਜ਼ ਜ਼ਰੂਰ ਹੈ ਗਵਰਨਮੈਂਟ ਕਰ ਰਹੀ ਹੈ ਪਰ ਉਹ ਇੰਪਲੀਮੈਂਟ ਸਹੀ ਨਹੀਂ ਹੋ ਰਹੀ ਅੱਛਾ ਜੀ ਸੋ ਵਾਂਸ ਅਗੇਨ ਇਹ ਜੋ ਪੂਰਾ ਮਸਲਾ ਹੈਗਾ ਇਹ ਨਾ ਕਿ ਸਿਰਫ ਇੱਕ ਇੰਡਸਟਰੀ ਦਾ ਇਹ ਉਹਦੀ ਪਾਲਿਸੀ ਦਾ ਹੈਗਾ ਬਟ ਉਹਦੀ ਇੰਪਲੀਮੈਂਟੇਸ਼ਨ ਦਾ ਵੀ ਹੈਗਾ ਸੋ ਇਟਸ ਅ ਪ੍ਰੀਟੀ ਕੰਪਲिकेटेड ਮੈਟਰ ਗੱਲ ਸਾਡੀ ਹੋ ਰਹੀ ਹੈ ਅਮਰਿੰਦਰ ਸਿੰਘ ਬਰਾਰ ਜੀ ਦੇ ਨਾਲ ਐਗਰੀਕਲਚਰ ਐਕਸਪਰਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਇੰਨਾ ਸਮਾਂ ਇਹ ਕੱਟ ਕੇ ਆਏ ਤੇ ਇਹਨਾਂ ਦੀ ਫੈਮਲੀ ਵੀ ਇੰਨੀ ਡੇਰ ਤੋਂ ਇਸ ਇੰਡਸਟਰੀ ਵਿੱਚ ਜੁੜੀ ਹੋਈ ਹੈ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਤੁਸੀਂ ਕਿੱਥੇ ਨਾ ਜਾਓ ਮਿਲਦੇ ਹਾਂ ਬ੍ਰੇਕਫਾਸਟ ਬਾਅਦ ब्रेक तो बा साइड एंड द स्वागत ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਜਿੱਥੇ ਇਸ ਮੋਰਚੇ ਨੂੰ ਲੈ ਕੇ ਤੁਹਾਨੂੰ ਗਰਾਉਂਡ ਦੀ ਵਰਕ-ਵਕ ਅਪਡੇਟਸ ਪ੍ਰੋਵਾਈਡ ਕਰ ਰਹੇ ਆ ਤੇ ਇਹ ਜੋ ਪੂਰਾ ਤੁਸੀਂ ਕਹਿ ਲਓ ਅੰਦੋਲਨ ਹੈ ਜਿਸ ਇੰਡਸਟਰੀ ਨੂੰ ਇਹ ਲੈ ਕੇ ਸ਼ੁਰੂ ਹੋਇਆ ਉਸ ਇੰਡਸਟਰੀ ਦੇ ਵੱਖ-ਵੱਖ ਕਨਫਲਿਕਟਸ ਤੇ ਕਨਸਰਨਸ ਕਿੰਨੇ ਗਹਿਰੇ ਹਨ ਤੇ ਕੀ ਕੁਝ ਚੀਜ਼ਾਂ ਉਹਨਾਂ ਦੇ ਬਾਰੇ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਉਹਦੇ ਬਾਰੇ ਗੱਲ ਕਰੇ ਅਮਰਿੰਦਰ ਸਿੰਘ ਬਰਾਰ ਸਾð ਨਾਲ ਜੁੜੇ ਹਨ ਅਮਰਿੰਦਰ ਸਿੰਘ ਜੀ ਯੂ ਨੋ ਤੁਹਾਡਾ ਜੋ ਤੁਹਾਡੀ ਰਿਸਰਚ ਰਹੀ ਹੈ ਤੁਹਾਡਾ ਟਾਈਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਰਿਹਾ ਹੈ ਮੀਨ ਮੋਰ ਥੈਨ ਅ ਡੈਕੇਡ ਯੂ ਸਪੈਂਟ देयर ਰਾਈਟ ਆਲਮੋਸਟ 11 ਸਾਲ ਤੁਸੀਂ ਮੈਨੂੰ ਦੱਸ ਰਹੇ ਸੀ ਆਮ ਸੋ ਇਹ ਜੋ ਸਾਡੀ ਗੱਲ ਹੋ ਰਹੀ ਹੈ ਇਸ ਵੇਲੇ ਇਟਸ ਇਟਸ ਬੈਕਡ ਬਾਈ ਰਿਸਰਚ ਇਨ ਤੁਹਾਡੀ ਜੋ ਰਿਸਰਚ ਇੱਕ professionਲ ਇਕ ਐਜੂਕੇਸ਼ਨਲ ਤੌਰ ਤੇ ਰਹੀ ਹੈ ਉਹ ਤੁਸੀਂ ਸਪਲੀਮੈਂਟ ਕਰਦੇ ਹੋ ਆਪਣੀ ਫੈਮਿਲੀ ਦੇ ਐਕਸਪੀਰੀਅੰਸ ਦੇ ਨਾਲ ਰਾਈਟ ਮੈਨੂੰ ਥੋੜਾ ਦੱਸੋ ਤੁਹਾਡੀ ਫੈਮਿਲੀ ਦਾ ਕੀ ਐਕਸਪੀਰੀਅੰਸ ਰਿਹਾ ਹੈ ਇਸ ਇੰਡਸਟਰੀ ਦੇ ਦੇਖੋ ਮੈਂ ਮੇਰੇ ਜਿਹੜੇ ਮੇਰੀ ਜੁਆਇੰਟ ਫੈਮਿਲੀ ਹੈ ਤੇ ਉਹਦੇ ਵਿੱਚ ਜਿਹੜੇ ਮੇਰੇ ਫਾਦਰ ਦੋ ਪਾਈ ਨੇ ਉਹਨਾਂ ਨੇ ਸ਼ੁਰੂ ਤੋਂ ਹੀ ਲਾਈਕ ਪ੍ਰੋਗਰੈਸਿਵ ਫਾਰਮਿੰਗ ਕੀਤੀ ਹੈ ਫਸਟ ਆਫ ਆਲ ਮਤਲਬ ਅਸੀਂ 90s ਦੇ ਵਿੱਚ ਇੱਕ ਪੈਪਸਿਕੋ ਨਾਲ ਪੋਟੈਟੋ ਫਾਰਮਿੰਗ ਸ਼ੁਰੂ ਕੀਤੀ ਅ ਸੌਰੀ ਟਮੇਟੋ ਫਾਰਮਿੰਗ ਟਮੇਟੋ ਤੋਂ ਹੁੰਦੇ ਹੁੰਦੇ ਅਸੀਂ ਬਹੁਤ ਆਪਦੀ ਜ਼ਿੰਦਗੀ ਚ ਉਤਰਾ ਚੜਾ ਦੇਖੇ ਉਸ ਤੋਂ ਬਾਅਦ ਪੈਪਸਿਕੋ ਜਦੋਂ ਚਲਾ ਗਿਆ ਪੰਜਾਬ ਤੋਂ ਫਿਰ ਅਸੀਂ ਆਲੂਆਂ ਦੀ ਖੇਤੀ ਸ਼ੁਰੂ ਕੀਤੀ ਆਲੂਆਂ ਦੀ ਖੇਤੀ ਨਾਲ ਫਿਰ ਸਹਾਇਕ ਧੰਦੇ ਦੇ ਤੌਰ ਤੇ ਅਸੀਂ ਇੱਕ ਪੋਲਟਰੀ ਫਾਰਮਿੰਗ ਸ਼ੁਰੂ ਕੀਤੀ ਅੱਜ ਸਾਡੇ ਕੋਲੇ ਅੱਛੀ ਫੋਲਟਰੀ ਫਾਰਮਿੰਗ ਹੈ ਤਾਂ ਇੰਨਾ ਸਾਰਾ ਕੁਝ ਕਰਨ ਦੇ ਨਾਲ ਅਸੀਂ ਅੱਜ ਆਪਦੇ ਪੈਰਾਂ 'ਤੇ ਖੜੇ ਆਂ ਮੈਨੂੰ ਲੱਗਦਾ ਹੈ ਕਿ ਸਮੇਂ ਦੇ ਮੁਤਾਬਕ ਅਸੀਂ ਜਿਹੜੇ ਲੋਡ ਸੀ ਅਸੀਂ ਉਹਨੂੰ ਉਵੇਂ ਆਪਦੇ ਆਪ ਨੂੰ ਢਾਲ ਲਿਆ ਤੇ ਅਸੀਂ ਉਹ ਲੋਡ ਨੂੰ ਮਹਿਸੂਸ ਕੀਤਾ ਤੇ ਅਸੀਂ ਅੱਜ ਆਪ ਦਾ ਵਧੀਆ ਗੁਜ਼ਾਰਾ ਕਰ ਰਹੇ ਆਂ ਮੈਨੂੰ ਲੱਗਦਾ ਸਾਰੇ ਪੰਜਾਬ 'ਚ ਰੌਲਾ ਤਾਂ ਇਵੇਂ ਹੀ ਪੈਂਦਾ ਵੀ ਤੁਸੀਂ ਸਹਾਇਕਤੰਦੇ ਕਰੋ ਇਦਾਂ ਕਰੋ ਬਟ ਕੋਈ ਪ੍ਰੋਪਰ ਪਾਲਿਸੀਜ਼ ਨਹੀਂ ਆਉਂਦੀਆਂ ਸਹਾਇਕ ਤੰਦਿਆਂ ਦੇ ਨਾਮ ਤੇ ਕਈ ਵਾਰੀ ਲੋਕ ਸਬਸਿਡੀਆਂ ਲੈ ਲੈਂਦੇ ਆ ਉਹ ਜਦੋਂ ਉਹਨਾਂ ਦਾ ਟਾਈਮ ਪੀਰੀਅਡ ਪੂਰਾ ਹੋ ਜਾਂਦਾ ਹੈ ਲਾਈਕਨ ਕੇਸ ਆਫ ਡੇਰੀ ਡੇਰੀ ਪੰਜਾਬ ਦੇ ਵਿੱਚ ਇੱਕ ਬਹੁਤ ਮਤਲਬ ਰੈਵੋਲੂਸ਼ਨ ਆਇਆ ਸੀ ਪਿੱਛੇ ਜੇ ਡੇਰੀ ਨੂੰ ਬਹੁਤ ਲੋਕਾਂ ਨੇ ਆਪਟ ਕੀਤਾ ਬਟ ਉਹ ਕੀ ਹੋਇਆ ਜਿਹੜੇ ਕਿ ਐਨੀਮਲ ਸੀਗੇ ਉਹ ਅਮਰੀਕਨ ਸੀਗੇ ਸਾਰੇ ਉਹ ਉਹ ਆਪਦਾ ਜਿਹੜਾ ਪ੍ਰੋਡਕਸ਼ਨ ਲੈਵਲ ਸੀ ਉਹ ਮੀਟ ਕਰਨ ਦੀ ਖਾਤਰ ਲੋਕਾਂ ਨੇ ਉਹਨਾਂ ਨੂੰ ਬੜਾ ਹਾਰਮੋਨਸ ਇਨ ਦੀ ਇੰਜੈਕਸ਼ਨ ਦਿੱਤੇ ਹੋਰ ਅਗਤ ਤਰੀਕੇ ਯੂਜ਼ ਕੀਤੇ ਵੀ ਉਹ ਅਸੀਂ ਉਹ ਦੁੱਧ ਲੈ ਸਕੀਏ ਬਟ ਉਸ ਢਾਂਚਾ ਬਹੁਤੀ ਦੇਰ ਨਹੀਂ ਚੱਲਿਆ ਉਹ ਇੱਕ ਬਾਅਦ ਚ ਸਾਬਤ ਫਲੌਪ ਸਾਬਤ ਹੋਇਆ ਹੂੰ ਉਵੇਂ ਹੀ ਹੁਣ ਜਿਵੇਂ ਥੋੜਾ ਪਿਗਰੀ ਦਾ ਚੱਲ ਰਿਹਾ ਜਿਵੇਂ ਪੋਲਟਰੀ ਦਾ ਚੱਲ ਰਿਹਾ ਜਿਵੇਂ ਹਰੇਕ ਸਾਲ ਪੋਲਟਰੀ ਦੇ ਵਿੱਚ ਬਰਡ ਫਲੂ ਦਾ ਮਤਲਬ ਚੱਕਰ ਪੈ ਜਾਂਦਾ ਹੈ ਤਾਂ ਉਦੋਂ ਰੀਡਸ ਬਹੁਤ ਡਾਉਨ ਆ ਜਾਂਦੇ ਆ ਤਾਂ ਜਿਹੜੇ ਮੇਰੇ ਹਿਸਾਬ ਨਾਲ ਮਾਰਜਨਲ ਫਾਰਮਰਸ ਐ ਜਿਹੜੇ ਉਹ ਇੰਨਾ ਅਪ ਡਾਉਨਸ ਨਹੀਂ ਦੇਖ ਸਕਦੇ ਦੈਟਸ ਵਾਈ ਉਹ ਚੀਜ਼ਾਂ ਫੇਲ ਹੋ ਜਾਂਦੀਆਂ ਨੇ ਕੋਈ ਇਹੋ ਜਿਹੀਆਂ ਪਾਲਿਸੀਜ਼ ਕੀਤੀਆਂ ਜਾਣ ਜਿਹਦੇ ਵਿੱਚ ਮਤਲਬ ਫਾਰਮਰ ਨੂੰ ਅਸ਼ੋਰਟੀ ਮਿਲੇ ਉਹੀ ਹੁਣ ਅੰਦੋਲਨ ਦੇ ਵਿੱਚ ਵੀ ਰੌਲਾ ਪੈ ਰਿਹਾ ਵੀ ਉਹ ਐਮਐਸਪੀ ਤੇ ਇੱਕ ਦੇ ਰਹੇ ਆ ਬਟ देयर इज नो ਅਸ਼ੋਰਟੀ ਕਿ ਤੁਹਾਡਾ ਐਮਐਸਪੀ ਤੇ ਹੀ ਚੱਕਿਆ ਜਾਊਗਾ ਦੈਟਸ ਵਾਈ ਦੇ ਆਰ ਰੇਜ਼ਿੰਗ देयर ਵੌਇਸ ਜੀ ਐਂਡ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਨੂੰ ਬਹੁਤ ਬਰੀਕੀ ਦੇ ਨਾਲ ਮਤਲਬ ਇਹ ਪਾਲਿਸਿਸ ਬਣਾਉਣੀਆਂ ਚਾਹੀਦੀਆਂ ਬਹੁਤ ਬੁੱਧੀਜੀਵੀ ਬੈਠੇ ਨੇ ਸਾਡੇ ਪੰਜਾਬ ਦੇ ਵਿੱਚ ਬਹੁਤ ਤਕੜੇ ਤੋਂ ਮਤਲਬ ਵਿਗਿਆਨੀ ਨੇ ਪੰਜਾਬ ਕੋਲੇ ਤਾਂ ਉਹਨਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਪੰਜਾਬ ਦੀ ਕਿਸਾਨੀ ਦੇ ਖਾਤਰ ਤੁਸੀਂ ਇੱਕ ਗੱਲ ਮੈਂਸ਼ਨ ਕੀਤੀ ਕਿ ਯੂ نو ਕੁਝ ਟ੍ਰੈਂਡ ਚੱਲਿਆ ਸੀ ਐਂ ਤੁਸੀਂ ਆਪਣੀ ਇੱਕ ਪਰਿਵਾਰਕ ਤੌਰ ਤੇ ਵੀ ਇਸ ਚੀਜ਼ ਨੂੰ ਵੇਖਿਆ ਆਮ ਡਿਫਰੈਂਟ ਚੀਜ਼ਾਂ ਨੂੰ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਪੋਟੇਟੋਜ਼ ਦੀ ਗੱਲ ਕਰ ਰਹੇ ਸੀ ਹੈਨਾ ਐਂ ਸਾਡੀ ਗੱਲ ਪਹਿਲੇ ਵੀ ਹੋ ਰਹੀ ਸੀ ਆਮ ਅਕਸਰ ਕੰਪੇਅਰ ਕੀਤਾ ਜਾਂਦਾ ਹੈ ਕਿ ਇੱਥੇ ਦੀ ਐਗਰੀਕਲਚਰ ਇੰਡਸਟਰੀ ਆਪਾਂ ਇਹਨੂੰ ਫੋਰ ਐਗਜ਼ਾਮਪਲ ਅਮਰੀਕਾ ਦੀ ਤਰ੍ਹਾਂ ਕਿਸ ਤਰ੍ਹਾਂ ਬਣਾ ਸਕਦੇ ਹਾਂ ਨਾ ਅ ਅਮਰੀਕਾ ਦੀ ਐਗਰੀਕਲਚਰ ਇੰਡਸਟਰੀ ਆਫਕੋਰਸ ਐਪਲਸ ਐਂਡ ਔਰੈਂਜਸ ਬਟ ਅਗਰ ਮਾਰਕੀਟਿੰਗ ਦੀ ਗੱਲ ਆਉਂਦੀ ਹੈ ਅਮਰੀਕਾ ਦੇ ਵਿੱਚ ਉਹਨ ਫਾਰਮਰਸ ਨੂੰ ਮਾਰਕੀਟਿੰਗ ਦੀ ਬਹੁਤ ਜ਼ਿਆਦਾ ਪ੍ਰੋਵੀਜ਼ਨਸ ਹਨ ਤੁਸੀਂ ਇੱਥੇ ਦੀ ਜੋ ਸਹੂਲਤਾਂ ਮਾਰਕੀਟਿੰਗ ਦੇ ਤੌਰ ਤੇ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਉਹਨਾਂ ਦੇ ਬਾਰੇ ਦੱਸੋ ਖਾਸ ਕਰਕੇ ਜੋ ਪੋਟੇਟੋਜ਼ ਵਾਲੀ ਤੁਸੀਂ ਮੈਨੂੰ ਗੱਲ ਦੱਸ ਰਹੀ ਸੀ ਮੈਮ ਇਨ ਕੇਸ ਆਫ ਆਲੂ ਜੇ ਆਪਾਂ ਗੱਲ ਕਰੀਏ ਤਾਂ ਆਲੂ ਦੇ ਵਿੱਚ ਇੰਨਾ ਉਤਰਾ ਚੜਾ ਆਉਂਦਾ ਹੈ ਬੇਸਿਕਲੀ ਇਹਦੇ ਵਿੱਚ ਦੁਆਬਾ ਬੈਲਟ ਪਹਿਲਾਂ ਅੱਗੇ ਸੀ ਬਟ ਹੁਣ ਮਾਲਵੇ ਦਾ ਬਠਿੰਡਾ ਐਂਡ ਬਠਿੰਡਾ ਜ਼ਿਲ੍ਹਾ ਉਹਦੇ ਵਿੱਚ ਕਾਫੀ ਹੁੰਦਾ ਹੈ ਮੁੱਗੀ ਇਸ ਵੀ ਕਾਫੀ ਆਲੂ ਲੱਗਦਾ ਹੈ ਆਲੂ ਦੇ ਵਿੱਚ ਕੀ ਹੁੰਦਾ ਹੈ ਕਈ ਵਾਰੀ ਮਤਲਬ ਆਲੂ ਇੰਨਾ ਪੰਜਾਬ ਕੋਲੇ ਹੋ ਜਾਂਦਾ ਹੈ ਲੋਕ ਸੜਕਾਂ ਤੇ ਰੇਟ ਦਿੰਦੇ ਆ ਸੁੱਟ ਦਿੰਦੇ ਆ ਕਈ ਵਾਰੀ ਇੰਨੀ ਸ਼ਾਰਟੇਜ ਆ ਜਾਂਦੀ ਹੈ ਕਿ 1000 ਰੁਪਏ ਪਰ ਬੈਗ ਹੋ ਜਾਂਦਾ ਹੈ ਬਿਕਾਜ਼ देयर इज नो रेगुलेशन ऑन द ਸਟੈਕ ਹੋਲਡਰਸ ਜਿਹੜੇ ਕਿ ਜਦੋਂ ਤਾਂ ਬੰਪਰ ਕ੍ਰੌਪ ਹੋ ਜਾਂਦੀ ਹੈ ਉਦੋਂ ਮਤਲਬ ਉਹ ਸਿੱਟਣਾ ਪੈ ਜਾਂਦਾ ਤੇ ਵੱਡੇ ਵਪਾਰੀਆਂ ਕੋਲੇ ਉਹੀ ਉਹ ਸਿਆਉਣਾ ਬਣ ਜਾਂਦਾ ਹੈ ਐਂਡ ਜਦੋਂ ਉਹਦੀ ਕਮੀ ਆ ਜਾਂਦੀ ਹੈ ਉਹ ਵੀ ਉਹੀ ਰੈਗੂਲੇਟ ਕਰਦੇ ਆ ਉਹ ਐਕਸਪੋਰਟ ਕਰ ਦਿੰਦੇ ਆ ਬਟ ਦ ਥਿੰਗ ਇਜ਼ ਕਿ ਇਰੇ ਵਿੱਚ ਕੋਈ ਅੱਛੀ ਪਾਲਿਸਿਸ ਨਹੀਂ ਹੈਗੀਆਂ ਵੀ ਇਹ ਜੇ ਸਾਡੇ ਕੋਲੇ ਆਲੂ ਹੈਗਾ ਇੰਨਾ ਉਤਪਾਦ ਹੋ ਰਿਹਾ ਹੈ ਅਸੀਂ ਇਹਨੂੰ ਕਿਸੇ ਢੰਗ ਦੇ ਨਾਲ ਇਹਨੂੰ ਜੇ ਜ਼ਿਆਦਾ ਉਤਪਾਦ ਹੈ ਤਾਂ ਉਹਨੂੰ ਕਿਸੇ ਐਕਸਪੋਰਟ ਕਰੀਏ ਜਾਂ ਅਸੀਂ ਉਹਦੀ ਕੁਆਲਿਟੀ ਸ਼ਿਉਰਟੀ ਕਰੀਏ ਵੀ ਇਹੋ ਜੀ ਕੁਆਲਿਟੀ ਵਾਲਾ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਖਰੀਦ ਏਜੰਸੀਆਂ ਸਰਕਾਰੀ ਖਰੀਦ ਜੇ ਜ਼ਿਆਦਾ ਪ੍ਰੋਡਕਸ਼ਨ ਹੋਗੀ ਤਾਂ ਉਹਨਾਂ ਨੂੰ ਥੋੜਾ ਬਹੁਤ ਖਰੀਦਣਾ ਚਾਹੀਦਾ ਹੈ ਸਰਕਾਰ ਨੂੰ ਇਸ ਚੀਜ਼ ਤੇ ਰੈਗੂਲੇਸ਼ਨ ਲੈ ਕੇ ਆਉਣਾ ਚਾਹੀਦਾ ਮਤਲਬ ਆਲੂ ਦੇ ਵਿੱਚ ਕੀ ਤੁਸੀਂ ਹੁਣ ਦੇਖੋਗੇ ਇਸ ਸਾਲ ਕਿੰਨੂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਹੈ ਕਿੰਨੂ ਦੇ ਵਿੱਚ ਜਿਵੇਂ ਇਸ ਵਾਰ ਇਹ ਹੋਇਆ ਕਿ ਲਾਕਡਾਊਨ ਦਾ ਸਰਿਆ ਫਿਰ ਉਸ ਤੋਂ ਬਾਅਦ ਕਿੰਨੂ ਦੀ ਬੰਪਰ ਕ੍ਰੌਪ ਰਹੀ ਉਹਦੇ ਕਰਕੇ ਜਿਹੜੀ ਕਿਨੂ ਮਾਰਕੀਟ ਹੈ ਉਹ ਇੰਨੀ ਜ਼ਿਆਦਾ ਡਾਊਨ ਆ ਗਈ ਕਿ ਲੋਕ 7 ਤੋਂ 8 ਰੁਪਏ ਕਿਲੋ ਕਿਨੂ ਵੇਚ ਰਹੇ ਨੇ ਉਹੀ ਜਦੋਂ ਤੁਸੀਂ ਮਾਰਕੀਟ ਚੱਲਾ ਜਾਂਦਾ ਉਹ 20 ਰੁਪਏ ਹੈ ਬਟ ਉੱਥੇ ਫਾਰਮਰ ਦਾ ਲਾਸ ਹੈ ਕਿਉਂਕਿ 7-8 ਰੁਪਏ ਕਿਲੋ ਦੇ ਨਾਲ ਫਾਰਮਰ ਘਰ ਦੇ ਖਰਚੇ ਨਹੀਂ ਕੱਢ ਸਕਦਾ ਇਹ ਰੋਲਾ ਇਹ ਪੈਂਦਾ ਕਿ ਹਾਰਟੀਕਲਚਰ ਕ੍ਰੌਪਸ ਵੱਲ ਮੂਵ ਕਰੋ ਬਟ ਜਦੋਂ ਹਾਰਟੀਕਲਚਰ ਵੱਲ ਮੂਵ ਕੀਤਾ ਜਾਂਦਾ ਤਾਂ ਉਦੋਂ ਇਹੋ ਜਿਹੀਆਂ ਜਿਹੜੀਆਂ ਸਥਿਤੀਆਂ ਆ ਜਾਂਦੀਆਂ ਤਾਂ ਉਦੋਂ ਫਿਰ ਆ ਫਾਰਮਰਸ ਇਸ ਚੀਜ਼ ਤੋਂ ਡਾਇਵਰਟ ਹੋ ਜਾਂਦੇ ਆ ਜੀ ਆਮ ਐਂਡ ਯੂ نو ਵਾਂਸ ਅਗੇਨ ਜਿੱਥੇ ਇਸ ਇੰਡਸਟਰੀ ਨੂੰ ਲੈ ਕੇ ਅਗਰ ਆਪਾਂ ਇੱਕ ਸਾਇੰਸ ਬੇਸਡ ਪਰਸਪੈਕਟਿਵ ਦੀ ਗੱਲ ਕਰੀਏ ਥਿਸ ਇਜ਼ ਅ ਸਾਇੰਸ ਬੇਸਡ ਇੰਡਸਟਰੀ ਲੇਕਿਨ ਜੋ ਐਡਵਾਂਸਡ ਸਾਇੰਸ ਯੂਜ਼ ਹੋਣੀ ਚਾਹੀਦੀ ਹੈ ਉਹ ਤੁਹਾਡੇ ਖਿਆਲ ਚ ਹੋ ਰਹੀ ਹੈ ਦੇਖੋ ਐਡਵਾਂਸ ਸਾਇੰਸ ਯੂਜ਼ ਹੋ ਰਹੀ ਹੈ ਬਟ ਉਹ ਮਤਲਬ ਉਨਿਆ ਨਹੀਂ ਹੋ ਰਹੀ ਜਿੰਨਾ ਹੋਣਾ ਚਾਹੀਦਾ ਸੀਗਾ ਸਮੇਂ ਦੇ ਮੁਤਾਬਕ ਅੱਜ ਕੱਲ ਦੇਖੋ ਬਹੁਤ ਆ ਮਸ਼ੀਨਸ ਆ ਗਈਆਂ ਬਟ ਹਲੇ ਵੀ ਕਿਤੇ ਨਾ ਕਿਤੇ ਸਾਡਾ ਪੰਜਾਬ ਉਹਨਾਂ ਚੀਜ਼ਾਂ ਚ ਪਿੱਛੇ ਹੈ ਜਿਵੇਂ ਕਿ ਸਾਡਾ ਬਠਿੰਡਾ ਦੇਖੋ ਕਾਟਨ 벨ਟ ਹੈ ਬਠਿੰਡੇ ਦੇ ਵਿੱਚ ਹਲੇ ਵੀ ਲੋਕ ਜਿਹੜੀ ਕਾਟਨ ਹੈ ਹੈਂਡ ਪਿਕਿੰਗ ਹੁੰਦੀ ਹੈ ਕੋਈ ਮਸ਼ੀਨ ਨਹੀਂ ਆਈ ਜੇ ਕੋਈ ਮਸ਼ੀਨ ਹੈ ਤਾਂ ਉਹ ਇੱਕ ਅੱਧੀ ਹੈ ਇਨ ਕੇਸ ਆਫ ਮੱਕੀ ਜੇ ਤੁਸੀਂ ਮੱਕੀ ਦੇ ਵਿੱਚ ਦੇਖੋ ਤਾਂ ਉੱਥੇ ਵੀ ਹੁਣ ਮਸ਼ੀਨਾਂ ਚੱਲੀਆਂ ਨੇ ਜਿਹੜੇ ਕਿ ਤਾਹੀਂ ਤਾਂ ਲੋਕ ਉਹ ਚੀਜ਼ਾਂ ਨਹੀਂ ਕਰ ਰਹੇ कॉटन ਤੋਂ ਪਿੱਛੇ हट ਗਏ ਬਿਕੋਜ਼ ਲੇਬਰ ਦੀ ਬਹੁਤ ਵੱਡੀ ਸਮੱਸਿਆ ਹੈ ਲੇਬਰ ਦੀ ਹਾਂਜੀ ਠੀਕ ਹੈ ਇਹਨਾਂ ਨੇ ਮਤਲਬ ਲੇਬਰ ਦੇ ਕਰਕੇ ਲੋਕ कॉटन ਛੱਡ ਗਏ ਹੂੰ ਤਾਂ ਫੇਰ ਮਤਲਬ ਇਹੋ ਜਿਹੀਆਂ ਚੀਜ਼ਾਂ ਜਿਵੇਂ ਇੱਕ 슈ਗਰ ਕੇਨ ਹਾਰਵੈਸਟਿੰਗ ਹੈ 슈ਗਰ ਕੇਨ ਹਾਰਵੈਸਟਿੰਗ ਵੀ ਹੱਥ ਦੇ ਨਾਲ ਹੁੰਦੀ ਹੈ ਹੂੰ ਤਾਂ ਮੱਕੀ ਦੇ ਕੇਸ 'ਚ ਵੀ ਬਹੁਤੇ ਲੋਕ ਹੱਥ ਨਾਲ ਮੱਕੀ ਤੋੜਦੇ ਆ ਮਤਲਬ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਹਾਲੇ ਵੀ ਪਿੱਛੇ ਹੈ ਉਹਨਾਂ ਨੂੰ ਜੇ ਅਸੀਂ ਵਿਕਸਿਤ ਕਰ ਲਈਏ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਡਾਈਵਰਸੀਫਿਕੇਸ਼ਨ ਵੱਲ ਨਹੀਂ ਮੂਵ ਹੋਵਾਂਗੇ ਫਾਰਮਰ ਬਹੁਤ ਸਿਆਣਾ ਹੈ ਉਹ ਜਦੋਂ ਮਸ਼ੀਨਾਂ ਆ ਗਈਆਂ ਤਾਂ ਉਹ ਆਪੇ ਹੀ ਮੂਵ ਕਰ ਜੂਗਾ ਉਧਰ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਤੁਹਾਡੇ ਖਿਆਲ ਚ ਇੱਕ ਵਾਰੀ ਫਿਰ ਅਮ ਸਰਕਾਰ ਵੱਲੋਂ ਕਿੰਨੀ ਹੱਦ ਤੱਕ ਹੈਲਪ ਪ੍ਰੋਵਾਈਡ ਕੀਤੀ ਜਾਣੀ ਚਾਹੀਦੀ ਹੈ ਕਿੰਨੀ ਚੀਜ਼ਾਂ ਇੱਕ ਕਿਸਾਨ ਦੇ ਮੋਢਿਆਂ ਤੇ ਉਹਨਾਂ ਨੂੰ ਖੁਦ ਇਹਨਾਂ ਚੀਜ਼ਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਦੇਖੋ ਮੈਡਮ ਪੰਜਾਬ ਇੱਕ ਐਗਰੀਕਲਚਰ ਸਟੇਟ ਹੈ ਐਂਡ ਇਹਨੂੰ ਫੂਡ ਬਾਉਲ ਕਿਹਾ ਜਾਂਦਾ ਇੰਡੀਆ ਦਾ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਜਿਹੜਾ ਬਜਟ ਹੁੰਦਾ ਹੈ ਉਹਦਾ ਮੈਨੂੰ ਬਾਲੀ ਨੌਲੇਜ ਤਾਂ ਨਹੀਂ ਹੈ 70% ਤਾਂ ਐਗਰੀਕਲਚਰ ਵੱਲ ਹੋਣਾ ਚਾਹੀਦਾ ਬਿਕਾਉਜ਼ ਥਿਸ ਇਜ਼ ਅ ਐਗਰੀਕਲਚਰ ਸਟੇਟ ਮੈਂ ਇਹ ਨਹੀਂ ਕਹਿੰਦਾ ਉਹ ਤਾਂ ਉਹਨਾਂ ਨੇ ਦੇਖਣਾ ਹੈ ਬੁੱਧੀਜੀਵੀਆਂ ਨੇ ਕਿੰਨਾ ਡਿਵਾਈਡ ਕਰਦੇ ਐ ਬਟ ਇਹੋ ਜਿਹੀਆਂ ਟੈਕਨੀਕਸ ਇਹੋ ਜਿਹੀ ਇੰਪਲੀਮੈਂਟੇਸ਼ਨ ਦੇਖੋ ਇਜ਼ਰਾਈਲ ਇੱਕ ਦੇਸ਼ ਹੈ ਉਹਦੇ ਵਿੱਚ ਤੁਸੀਂ ਜੇ ਦੇਖੋਗੇ ਐਗਰੀਕਲਚਰ ਨੂੰ ਬਹੁਤ ਬੜਾਵਾ ਮਿਲਿਆ ਪਿਛਲੇ ਕੁ ਸਾਲਾਂ ਦੇ ਵਿੱਚ ਉਹੀ ਉਹ ਟੈਕਨੀਕ ਸਾਡੇ ਇੱਥੇ ਪੰਜਾਬ ਚ ਲੈ ਕੇ ਆਉਣੀਆਂ ਚਾਹੀਦੀਆਂ ਗਵਰਨਮੈਂਟ ਨੂੰ ਤੇ ਉਹ ਇੱਥੇ ਲੋਕਾਂ ਨੂੰ ਸਬਸਿਡੀਆਂ ਤੇ ਦੇਣੀਆਂ ਚਾਹੀਦੀਆਂ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਲੋਕਾਂ ਦੀ ਐਜੂਕੇਸ਼ਨ ਹੋਣੀ ਚਾਹੀਦੀ ਏ ਕਿ ਤੁਸੀਂ ਇਸ ਚੀਜ਼ ਨੂੰ ਲੋਕ ਆਪਦੇ ਬਲਬੂਤੇ ਤੇ ਕਰ ਰਹੇ ਆ ਦੇਖੋ ਪੰਜਾਬ ਦੇ ਵਿੱਚ ਅੱਜ ਸਟਰਾਬਰੀ ਵੀ ਹੋ ਗਈ ਐ ਡ੍ਰੈਗਨ ਫਰੂਟ ਵੀ ਲੋਕ ਲਾ ਰਹੇ ਐ ਇਹ ਗੱਲ ਨਹੀਂ ਐ ਕਿ ਲੋਕ ਨਹੀਂ ਮੂਵ ਕਰਦੇ ਆ ਫਾਰਮਰ ਨਵੀਂ ਚੀਜ਼ ਵੱਲ ਨਹੀਂ ਮੂਵ ਕਰਦੇ ਬਟ ਜਦੋਂ ਉਹਨਾਂ ਨੂੰ ਰਿਟਰਨਸ ਨਹੀਂ ਮਿਲਦੇ ਜਾਂ ਉਹ ਮਾਰਕੀਟ ਦੇ ਵਿੱਚ ਜਾ ਕੇ ਉਹਨਾਂ ਦਾ ਪ੍ਰੋਡਕਟ ਪਿੱਟ ਜਾਂਦਾ ਤਾਂ ਉਹ ਫਿਰ ਫਾਰਮਰ ਦੂਜੇ ਵੀ ਉਹਨੂੰ ਦੇਖ ਕੇ ਡੀਮੋਟੀਵੇਟ ਹੁੰਦੇ ਆ ਬਿਲਕੁਲ ਤਾਂ ਡੀਮੋਲਰਾਈਜ਼ ਹੋ ਕੇ ਫਿਰ ਫਾਰਮਰ ਸੋਚਦੇ ਆ ਕਿ ਨਹੀਂ ਯਾਰ ਇਹ ਸਹੀ ਨਹੀਂ ਆ ਫਿਰ ਉਹ ਵਾਪਸ ਫੇਰ ਕਣਕ ਛੋਣੇ ਤੇ ਇੱਕ ਰੋਟੇਸ਼ਨ 'ਚ ਆ ਜਾਂਦੇ ਆ ਤਾਂ ਮੈਂ ਇਹ ਚਾਹਣਾ ਵੀ ਦੇਖੋ ਸਰਕਾਰ ਨੂੰ ਬਹੁਤ ਮੈਕਨਾਈਜ਼ੇਸ਼ਨ ਦੀ ਲੋੜ ਹੈ ਇੰਪਲੀਮੈਂਟਸ ਲਿਆਉਣ ਉਹਦੇ ਨਾਲ ਹੀ ਕਿਸਾਨੀ ਵੱਧ ਸਕਦੀ ਹੈ ਜੇ ਆਪਾਂ ਕਹੀਏ ਤਾਂ ਲੇਬਰ ਲੇਬਰ ਸਮੱਸਿਆ ਤਾਂ ਹੱਲ ਨਹੀਂ ਹੋ ਸਕਦੀ ਹੂੰ ਇੱਕ ਜੀ ਮਸ਼ੀਨੀ ਯੁੱਗ ਆਊਗਾ ਫੇਰ ਹੀ ਐ ਦੇਖੋ ਪਹਿਲਾਂ ਇੱਕ ਸਾਡਾ ਜਿਵੇਂ ਗ੍ਰੀਨ ਰੈਵੋਲੂਸ਼ਨ ਵੇਲੇ ਸਾਨੂੰ ਬੀਜਾਂ ਦੀ ਕਮੀ ਸੀ ਉਹ ਬੀਜ ਆਏ ਤਾਂ ਹੁਣ ਸਾਨੂੰ ਮਸ਼ੀਨਾਂ ਦੀ ਕਮੀ ਹੈ ਤੇ ਹੁਣ ਮਸ਼ੀਨਾਂ ਆਉਣੀਆਂ ਚਾਹੀਦੀਆਂ ਜੀ ਜੀ ਐਨ ਮਸ਼ੀਨਾਂ ਨੂੰ ਲੈ ਕੇ ਵੀ ਮੈਂ ਤੁਹਾਡੇ ਤੋਂ ਥੋੜੇ ਜਿਹਾ ਸਵਾਲ ਪੁੱਛਣਾ ਚਾਹੁੰਦੀ ਆ ਬਿਕੋਜ਼ ਲੁਧਿਆਣਾ ਪੰਜਾਬ ਦਾ ਵਨ ਆਫ ਦ ਮੋਸਟ ਇੰਡਸਟਰੀਅਲਾਈਜ਼ਡ ਸਿਟੀ ਮੰਨਿਆ ਜਾਂਦਾ ਹੈ ਤੇ ਉਹਦੇ ਬਾਰੇ ਗੱਲ ਕਰਾਂਗੇ ਬਟ ਇੱਥੇ ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਆ ਕਿੱਥੇ ਨਾ ਜਾਓ ਮਿਲਦੇ ਆ ਬ੍ਰੇਕ ਤੋਂ ਉਸ ਬਾਅਦ ਬ੍ਰੇਕ ਤੋਂ ਬਾਅਦ ਸਾਇਦ ਸਵਾਗਤ ਇੱਕ ਵਾਰੀ ਫਿਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਸਰ ਨਾਲ ਜੁੜੇ ਹਨ ਅਮਰਿੰਦਰ ਸਿੰਘ ਬਰਾੜ ਜੀ ਅਮਰਿੰਦਰ ਜੀ ਗੱਲ ਹੋ ਰਹੀ ਹੈ ਕਿ ਜਿੱਥੇ ਐਗਰੀਕਲਚਰ ਇੰਡਸਟਰੀ ਨੂੰ ਅਗਰ ਆਪਾਂ ਰਿਫਾਰਮ ਕਰਨਾ ਹੈ ਰਿਵਾਈਟਲਾਈਜ਼ ਕਰਨਾ ਹੈ ਇਸ ਵੇਲੇ ਤਾਂ ਰੈਸਕਿਊ ਕਰਨ ਦੀ ਵੀ ਗੱਲ ਹੋ ਰਹੀ ਹੈ ਇੰਡੀਆ ਦੇ ਵਿੱਚ ਆਮ ਕਿਸ ਤਰ੍ਹਾਂ ਦੇ ਰਿਫਾਰਮਸ ਕਿਸ ਤਰ੍ਹਾਂ ਦੀ ਇਨੋਵੇਸ਼ਨਸ ਇਸ ਇੰਡਸਟਰੀ ਨੂੰ ਲੋਡ ਹੈਗੀ ਤੇ ਬ੍ਰੇਕ ਤੋਂ ਪਹਿਲੇ ਸਾਡੀ ਗੱਲ ਹੋ ਰਹੀ ਸੀ ਕਿ ਮੈਕਨਾਈਜ਼ੇਸ਼ਨ ਦੀ ਰਾਈਟ Um... ਮੈਕਨਾਈਜੇਸ਼ਨ ਲੇਬਰ ਦੇ ਵੱਲੋਂ ਖਾਸ ਕਰਕੇ ਇੱਕ ਅਗਰ ਆਪਾਂ ਐਡਵਾਂਸਡ ਟੈਕਨੋਲੋਜੀ ਤੇ ਸਾਇੰਸ ਦੀ ਗੱਲ ਕਰੀਏ ਐਬਸੋਲੂਟਲੀ ਨੈਸੇਸਰੀ ਹੈ ਬਟ ਮੈਕਨਾਈਜੇਸ਼ਨ ਦੇ ਨਾਲ ਦੀ ਨਾਲ ਇੰਡਸਟਰੀਲਾਈਜੇਸ਼ਨ ਵੀ ਆਉਂਦੀ ਹੈ ਤੇ ਜਦੋਂ ਆਪਾਂ ਫੋਰ ਐਗਜ਼ਾਮਪਲ ਇੰਡਸਟਰੀਲਾਈਜੇਸ਼ਨ ਦੀ ਗੱਲ ਕਰਦੇ ਆ ਯੂ نو ਇੰਡੀਆ ਪ੍ਰੋਗਰੈਸਿਵ ਕੰਟਰੀ ਹੋਰ ਪ੍ਰੋਗਰੈਸਿਵ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਵੈਲ ਇਨ ਗੁੱਡ ਹੋਣਾ ਵੀ ਚਾਹੀਦਾ ਹੈ ਬਟ ਆਈ ਵਾਂਟ ਟੂ ਟਾਕ ਅ ਲਿਟਲ ਬਿਟ ਅਬਾਊਟ ਲੁਧਿਆਣਾ ਹੈ ਨਾ ਲੁਧਿਆਣਾ ਦੇ ਵਿੱਚ ਜਦੋਂ ਇੰਡਸਟਰੀਲਾਈਜੇਸ਼ਨ ਦੀ ਗੱਲ ਆਉਂਦੀ ਹੈ ਉਮ ਉਥੇ ਦੇ ਜੋ ਆਮ ਜਨਤਾ ਹੈਗੀ ਉਹਨਾਂ ਤੇ ਕਿਸ ਤਰ੍ਹਾਂ ਦਾ ਇੰਪੈਕਟ ਪਿਆ ਹੈ ਲੁਧਿਆਣਾ ਦੀ ਇੰਡਸਟਰੀਅਲਾਈਜੇਸ਼ਨ ਦੇ ਵਿੱਚ ਅਗਰ ਆਪਾਂ ਉਹਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਵੇਖਣਾ ਹੈ ਅ ਦੇਖੋ ਮੈਮ ਜਿਹੜੀ ਲੁਧਿਆਣਾ ਦੇ ਵਿੱਚ ਇੰਡਸਟਰੀ ਹੈ that is not agro based ਪੰਜਾਬ ਨੂੰ ਚਾਹੀਦੀ ਹੈ ਐਗਰੋ ਬੇਸਡ ਇੰਡਸਟਰੀ ਠੀਕ ਹੈ ਲੁਧਿਆਣਾ ਦਾ ਵਿੱਚ ਤਾਂ ਇਹ ਹੈ ਕਿ ਜਿਹੜੇ ਕਿ ਉਥੇ ਲਾਈਕ ਜਿਹੜੀਆਂ ਕਿ ਕਪੜੇ ਵਾਲੀਆਂ ਫੈਕਟਰੀਆਂ ਨੇ ਲਾਈਕ ਉਸਵਾਲ ਹੋਗੀ ਮੋਂਟੀ ਕਾਰਲੋ ਹੋਗੀ ਉਹ ਉਹ ਲੇਬਰ ਉਹਨਾਂ ਨੂੰ ਮਿਲ ਰਹੀ ਹੈ ਲੋਕ ਉੱਥੇ ਲੇਬਰ ਕਰਦੇ ਆ ਬਟ ਉਹ ਸਿਨੈਰੀਓ ਜੇ ਆਪਾਂ ਕਹੀਏ ਪੰਜਾਬ ਚ ਚੱਲੇਗਾ ਤਾਂ ਉਹ ਨਹੀਂ ਚੱਲ ਸਕਦਾ ਬਿਕੋਜ਼ ਇੱਕ ਐਗਰੋ ਬੇਸਡ ਇੰਡਸਟਰੀ ਉਹਨਾਂ ਦੇ ਨਾਲ ਕੀ ਹੋਊਗਾ ਸਾਡੇ ਪ੍ਰੋਡਕਟਸ ਦੀ ਵੈਲਿਊ ਐਡੀਸ਼ਨ ਹੋਊਗੀ ਵੈਲਿਊ ਐਡੀਸ਼ਨ ਦੇ ਨਾਲ ਅਸੀਂ ਉਸ ਚੀਜ਼ ਦੀ ਆਪਦੀ ਕੁਆਲਿਟੀ ਮੇਨਟੇਨ ਕਰਾਂਗੇ ਆਪਦੇ ਪੰਜਾਬ ਦੇ ਪ੍ਰੋਡਕਟਸ ਦੀ ਫਿਰ ਅਸੀਂ ਉਸ ਚੀਜ਼ ਨੂੰ ਐਕਸਪੋਰਟ ਕਰ ਸਕਦੇ ਹਾਂ ਐਕਸਪੋਰਟ ਪਲੱਸ ਇੰਡਸਟਰੀ ਦੇ ਨਾਲ ਸਾਡੇ ਪੰਜਾਬ ਨੂੰ ਬਹੁਤ ਹਲਾਰਾ ਮਿਲ ਸਕਦਾ ਜੇ ਆਪਾਂ ਸੋਚੀਏ ਤਾਂ ਬਟ ਉਹੀ ਚੀਜ਼ ਹੈ ਵਾਰ-ਵਾਰ ਮੈਂ ਕਹਿ ਰਿਹਾ ਕਿ ਜੇ ਇੰਡਸਟਰੀ ਵੀ ਆਉਂਦੀ ਹੈ ਤਾਂ ਇੰਡਸਟਰੀ ਇਟ ਸ਼ੁੱਡ ਬੀ ਐਗਰੀਕਲਚਰ ਬੀਸ ਐਂਡ ਜਦੋਂ ਤੁਸੀਂ ਐਕਸਪੋਰਟ ਦੀ ਗੱਲ ਕਰਦੇ ਹੋ ਐਕਸਪੋਰਟ ਇੰਪੋਰਟ ਨੂੰ ਲੈ ਕੇ ਖਾਸ ਕਰਕੇ ਇੱਕ ਪਾਲਿਸੀ ਤੌਰ ਤੇ ਕਿੱਥੇ ਇੰਪਰੂਵਮੈਂਟ ਹੋ ਸਕਦੀ ਹੈ ਅੱਜ ਦੀ ਡੇਟ ਦੇ ਵਿੱਚ ਦੇਖੋ ਮੈਮ ਜਿਹੜਾ ਐਕਸਪੋਰਟ ਹੈ ਜਿਵੇਂ ਅਸੀਂ ਪੰਜਾਬ ਇੱਕ ਬਾਰਡਰ ਸਟੇਟ ਹੈ ਬਾਰਡਰ ਸਟੇਟ ਹੋਣਾ ਤੇ ਹੁਣ ਤੇ ਪਾਕਿਸਤਾਨ ਬਿਲਕੁਲ ਨਾਲ ਲੱਗਦਾ ਹੈ ਜੇ ਸੀ ਪਾਕਿਸਤਾਨ ਨੂੰ ਵੀ ਆਪਣਾ ਟ੍ਰੇਡ ਖੋਲ੍ਹ ਦਈਏ ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਕੀਤੇ ਪਿੱਛੇ ਰਹਿ ਜਾਊਗਾ ਇਸ ਚੀਜ਼ ਨਾਲ ਬਹੁਤ ਫਾਇਦਾ ਮਿਲਣ ਵਾਲਾ ਹੈ ਪੰਜਾਬ ਨੂੰ ਬਟ ਡੂ ਟੂ ਮਤਲਬ ਗਵਰਨਮੈਂਟ ਦੀਆਂ ਕੀ ਪਾਲਿਸਿਜ਼ ਨੇ ਕੋਈ ਪਤਾ ਨਹੀਂ ਪੰਜਾਬੀਆਂ ਨੂੰ ਤਾਂ ਕਰਕੇ ਉਹ ਚੀਜ਼ ਤੇ ਲੈਕ ਹੋ ਰਿਹਾ ਐ ਐਂਡ ਸਾਡਾ ਜਿਹੜਾ ਕੀ ਜਦੋਂ ਬੰਪਰ ਕ੍ਰੌਪ ਹੋ ਜਾਂਦੀ ਹੈ ਉਹ ਸੜਕਾਂ ਤੇ ਆ ਜਾਂਦੀ ਹੈ ਤੇ ਜਦੋਂ ਕਮੀ ਹੋ ਜਾਂਦੀ ਹੈ ਤੇ ਉਦੋਂ ਦੇ ਸਮਾਰਟ ਸੂ ਜਾਂਦੀਆਂ ਰੇਟਸ ਉਹਦੇ ਜੀ ਇਹ ਜੋ ਪਾਕਿਸਤਾਨ ਦੀ ਤੁਸੀਂ ਗੱਲ ਕੀਤੀ ਹੈ ਇਹ ਪਹਿਲੇ ਵੀ ਸਾਨੂੰ ਸੁਣਨ ਨੂੰ ਮਿਲਿਆ ਹੈ ਕਾਫੀ ਐਕਸਪਰਟਸ ਨੇ ਕਿਹਾ ਹੈ ਪਾਕਿਸਤਾਨ ਦੇ ਨਾਲ ਟ੍ਰੇਡ ਹੋਣਾ ਚਾਹੀਦਾ ਹੈ ਐਗਰੀਕਲਚਰ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਦਾ ਟ੍ਰੇਡ ਤੁਹਾਨੂੰ ਲੱਗਦਾ ਹੈ इजीली ਡੂਏਬਲ ਹੈ ਕਿਸ ਤਰ੍ਹਾਂ ਦੀ ਡਿਮਾਂਡ ਤੁਸੀਂ ਸਾਨੂੰ ਦੱਸ ਸਕਦੇ ਹੋ ਐਗਰੀਕਲਚਰ ਬੇਸਡ ਡਿਮਾਂਡ ਪਾਕਿਸਤਾਨ ਦੇ ਵਿੱਚ ਆਲਰੇਡੀ ਐਗਜ਼ਿਸਟ ਕਰਦੀ ਹੈ ਜਿੰਨੂੰ ਪੰਜਾਬ ਜਾਂ ਇੰਡੀਆ ਦੀ ਐਗਰੀਕਲਚਰ ਇੰਡਸਟਰੀ ਸਰਵ ਕਰ ਸਕਦੀ ਹੈ ਦੇਖੋ ਮੈਮ ਇਹਦੇ 'ਚ ਕੋਈ ਦੋਹਰਾਈ ਨਹੀਂ ਕਿ ਪਾਕਿਸਤਾਨ ਸਾਡੇ ਤੋਂ ਗਰੀਬ ਦੇਸ਼ ਹੈ ਉੱਥੇ ਹਮੇਸ਼ਾ ਮਤਲਬ ਜਿਹੜੇ ਕੀ ਪ੍ਰਾਈਸਿਸ ਹੈ ਉਹ ਸਾਡੇ ਪੰਜਾਬ ਨਾਲੋਂ ਉੱਪਰ ਰਹਿੰਦੇ ਆ ਤੁਸੀਂ ਜਿਹੜੀਆਂ ਵੈਰਾਈਟੀਆਂ ਆ ਜਿਹੜੇ ਮਤਲਬ ਕ੍ਰੌਪਸ ਨਹੀਂ ਖਰਾਬ ਹੁੰਦੀਆਂ ਝੋਨਾ ਕਣਕ ਨੂੰ ਛੱਡ ਕੇ ਜੇ ਆਲੂ ਤੇ ਪਿਆਜ਼ ਦਾ ਹੀ ਸੀਨ ਲੈ ਲਓ ਜੇ ਅਸੀਂ ਇਕੱਲੇ ਇਹੀ ਐਕਸਪੋਰਟ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਬਹੁਤ ਵਧੀਆ ਰਹੂਗਾ ਉਹਨਾਂ ਦਾ ਸੇਬ ਅਸੀਂ ਇੰਪੋਰਟ ਕਰ ਸਕਦੇ ਹਾਂ ਬਿਕਾਜ਼ ਤੁਸੀਂ ਵੀ ਸੁਣਿਆ ਹੋਣਾ ਵੀ ਉੱਧਰ ਸੇਬ ਬੜੇ ਹੀ ਅੱਛੀ ਕੁਆਲਿਟੀ ਦਾ ਹੁੰਦਾ ਹੈ ਅਸੀਂ ਉਹ ਇੰਪੋਰਟ ਕਰ ਸਕਦੇ ਹਾਂ ਤਾਂ ਉਹਦੇ ਨਾਲੇ ਨਾਲੇ ਸਾਡਾ ਜਿਹੜਾ ਪੰਜਾਬ ਦਾ ਤੇ ਉੱਧਰਲੇ ਲੈਣਦੇ ਤੇ ਚੜ੍ਹਦੇ ਪੰਜਾਬ ਦਾ ਪਿਆਰ ਵਧੂਗਾ ਇਹਦੇ ਨਾਲ ਨਾਲ ਅਸੀਂ ਆਪਦੇ ਦੇਸ਼ਾਂ ਨੂੰ ਵਿਕਸਿਤ ਕਰਨ ਚ ਇਸਾ ਯੋਗਦਾਨ ਪਾਵਾਗੇ ਜੀ ਜੀ ਬਿਲਕੁਲ ਅਮ ਐਂਡ ਯੂ نو ਵਾਂਸ ਅਗੇਨ ਅਮ ਜਦੋਂ ਆਪਾਂ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਕੁਝ ਪਾਲਿਸੀਜ਼ ਦੇ ਨਾਲ ਪਾਵੇਂ ਉਹ ਐਗਰੀਕਲਚਰ ਇੰਡਸਟਰੀ ਵਿੱਚ ਹੋਣ ਜਾਂ ਜਿਸ ਤਰ੍ਹਾਂ ਤੁਸੀਂ ਕਿਹਾ ਡਿਪਲੋਮੇਸੀ ਹੈ ਨਾ ਇੰਟਰਨੈਸ਼ਨਲ ਰਿਲੇਸ਼ਨਸ ਦੀ ਪਾਲਿਸੀਜ਼ ਹੋਣ ਅਮ ਗੱਲ ਤਾਂ ਵਾਪਸ ਰਿਫਾਰਮ ਤੇ ਆ ਜਾਂਦੀ ਹੈ ਰਾਈਟ ਅਮ ਤੇ ਤੁਹਾਡੇ ਖਿਆਲ ਚ ਰਿਫਾਰਮਸ ਕਿਸ ਤਰ੍ਹਾਂ ਦੇ ਰਿਫਾਰਮਸ ਹੋਣੇ ਚਾਹੀਦੇ ਬਿਕੋਜ਼ ਜੋ ਅੱਜ ਦੀ ਡੇਟ ਵਿੱਚ ਟੇਬਲ ਤੇ ਰਿਫਾਰਮਸ ਦਿੱਤੇ ਗਏ ਆ ਕਲੀਅਰਲੀ ਉਹ ਰਿਫਾਰਮਸ ਉਹਨਾਂ ਦੇ ਨਾਲ ਕਿਸਾਨ ਤਾਂ ਸਹਿਮਤ ਨਹੀਂ ਹੈ ਤੇ ਤੁਸੀਂ ਇੱਕ ਕਿਸਾਨ ਪਰਿਵਾਰ ਤੋਂ ਵੀ ਹੈਗੇ ਤੁਸੀਂ ਕਿਸਾਨੀ ਨੂੰ ਪੜਿਆ ਵੀ ਹੈ ਤੁਸੀਂ ਇਸ ਇੰਡਸਟਰੀ ਵਿੱਚ ਵੀ ਇਨਵੋਲਡ ਹੋ ਕਿਸ ਤਰ੍ਹਾਂ ਦੇ ਰਿਫਾਰਮਸ ਅਗਰ ਅਪਾ ਅੱਜ ਦੀ ਡੇਟ ਵਿੱਚ ਗੱਲ ਕਰੀਏ ਐਗਰੀਕਲਚਰ ਨੂੰ ਲੋਡ ਹੈਗੀ ਆ ਕਿ ਹੋਣੇ ਚਾਹੀਦੇ ਆ ਪਹਿਲਾਂ ਤਾਂ ਮੈਡਮ ਜਿਹੜੇ ਸੈਂਟਰ ਗਵਰਨਮੈਂਟ ਨੇ ਇੰਡੀਅਨ ਗਵਰਨਮੈਂਟ ਨੇ ਤਿੰਨੋਂ ਬਿਲਜ਼ ਲਿਆਂਦੇ ਆ ਪਹਿਲਾਂ ਤਾਂ ਸਾਡੇ ਪੰਜਾਬ ਨੂੰ ਉਹ ਵਾਪਸ ਹੋਣਾ ਬਹੁਤ ਜ਼ਰੂਰੀ ਨੇ ਸੈਕੰਡ ਪੁਆਇੰਟ ਇਹ ਹੈ ਵੀ ਡਾਈਵਰਸੀਫਿਕੇਸ਼ਨ ਹੋਵੇ ਮੈਂ ਇਸ ਚੀਜ਼ ਦੇ ਹੱਕ ਚ ਐ ਬਟ ਡਾਈਵਰਸੀਫਿਕੇਸ਼ਨ ਤਾਂ ਪੋਸੀਬਲ ਹੋਊਗੀ ਜੇ ਸਾਨੂੰ ਦੂਜੀਆਂ ਕ੍ਰੌਪਸ ਦਾ ਐਮਐਸਪੀ ਮਿਲੂਗਾ ਐਮਐਸਪੀ ਸਰਕਾਰ ਨੂੰ ਦੇਣੀ ਚਾਹੀਦੀ ਹੈ ਪਹਿਲਾਂ ਤਾਂ ਇਹ ਅਸ਼ਉਰਟੀ ਹੋਵੇ ਕਿ ਫਾਰਮਰਸ ਨੂੰ ਇਹ ਨਾ ਲੱਗੇ ਕਿ ਅਸੀਂ ਜੇ ਪ੍ਰੋਡਿਊਸ ਕਰ ਲਿਆ ਤਾਂ ਅਸੀਂ ਵੇਚਾਂਗੇ ਕਿੱਥੇ ਪ੍ਰੋਪਰ ਮੰਡੀ ਸਿਸਟਮ ਹੋਣਾ ਚਾਹੀਦਾ ਹੈ ਸੁਆਮੀ ਨਾਥਨ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ ਜਿਹੜਾ ਕਿ ਬਹੁਤ ਜ਼ਿਆਦਾ ਦੇਰ ਦਾ ਰੋਲਾ ਪਿਆ ਹੋਇਆ ਹੈ ਐਂਡ ਦੂਜੀ ਗੱਲ ਇਹ ਹੈ ਕਿ ਫਾਰਮਰਸ ਨੂੰ ਪੜਾਇਆ ਜਾਵੇ ਉਸ ਚੀਜ਼ਾਂ ਐਗਰੀਕਲਚਰ ਬਾਰੇ ਨੋਲਿਜ ਦਿੱਤੀ ਜਾਵੇ ਪੜਾਇਆ ਮੈਂ ਸ਼ਾਇਦ ਵਰਡ ਗਲਤ ਯੂਜ਼ ਕਰ ਗਿਆ ਉਹਨਾਂ ਨੂੰ ਜਿਹੜੀ ਉਹਨਾਂ ਦੀ ਨੋਲਿਜ ਹੈ ਉਹਦੇ 'ਚ ਵਾਧਾ ਕੀਤਾ ਜਾਵੇ ਤੇ ਕੁਝ ਇਹੋ ਜਿਹੀਆਂ ਪਾਲਿਸੀਜ਼ ਦੀਆਂ ਰਿਫਾਰਮਸ ਬਣਾਉਣ ਕਿ ਮਤਲਬ 10-10 ਪਿੰਡਾਂ ਦੇ ਜਾਂ ਇੱਕ ਜ਼ਿਲ੍ਹੇ ਵਾਰ ਕੋਈ ਇੱਕ ਮਤਲਬ ਉਸ ਚੀਜ਼ ਨੂੰ ਕੈਟੇਗਰੀਜ਼ ਕੀਤਾ ਜਾਵੇ ਕਿ ਜਿਹੜਾ ਕਿ ਇਹ ਏਰੀਆ ਹੈ ਏ ਅਸੀਂ ਹਾਰਟੀਕਲਚਰ ਵਾਸਤੇ ਰੱਖਿਆ ਏ ਅਸੀਂ ਸੀਰੀਅਲਸ ਵਾਸਤੇ ਰੱਖਿਆ ਏ ਅਸੀਂ ਐਸ ਵਾਸਤੇ ਰੱਖਿਆ ਉਹਦੇ ਨਾਲ ਕੀ ਹੈ ਡਾਈਵਰਸਿਟੀ ਵੀ ਆਉਂਦੀ ਹੈ ਪਲੱਸ ਉਹਦੇ ਨਾਲ ਸਾਡਾ ਜਿਹੜਾ ਕੀ ਹੈ ਉਹ ਪ੍ਰੋਡਕਸ਼ਨ ਜਿਹੜਾ ਹੈਗਾ ਕਿ ਸਾਡੇ ਕਿਤੇ ਬੰਪਰ ਹੋ ਜਾਂਦੀ ਕਿਤੇ ਉਹ ਹੋ ਜਾਂਦਾ ਉਹ ਵੀ ਨਹੀਂ ਹੋਊਗਾ ਜੀ ਐਂਡ ਵਾਂਸ ਅਗੇਨ ਉਮ ਜੋ ਇਹਦੇ ਵਿੱਚ ਹਾਇਰ ਇੰਸਟੀਟਿਊਸ਼ਨਸ ਦਾ ਰੋਲ ਹੈ ਫੋਰ ਇਗਜ਼ਾਮਪਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਉਹ ਤੁਸੀਂ ਕੀ ਵੇਖਦੇ ਹੋ ਕਿ ਉਹਨਾਂ ਦੇ ਵੱਲੋਂ ਕੀ ਹੋਰ ਹੋ ਸਕਦਾ ਹੈ ਤਾਂ ਕਿ ਇਹ ਰਿਫਾਰਮਸ ਅੱਗੇ ਆਣ ਤੇ ਇਹਨਾਂ ਦੀ ਇੰਪਲੀਮੈਂਟੇਸ਼ਨ ਹੋਏ ਦੇਖੋ ਮੈਮ ਯੂਨੀਵਰਸਿਟੀ ਪਿਛਲੇ ਦੇਖੋ ਮੈਂ ਉਸ ادارے ਤੋਂ ਪੜਿਆ ਤਾਂ ਮੈਂ ਕਦੇ ਵੀ ਨਹੀਂ ਕਹੂੰਗਾ ਕਿ ਉਹ ਗਲਤ ਹੈ ਉਹਨੇ ਬਹੁਤ ਦੀਰ ਦੀ ਸੇਵਾ ਕਰ ਰਹੀ ਹੈ ਯੂਨੀਵਰਸਿਟੀ ਪੰਜਾਬ ਦੀ ਐਂਡ ਸੈਕੰਡ ਥਿੰਗ ਇਹ ਹੈ ਕਿ ਉਹ ਮੈਨੂੰ ਜੋ ਲੱਗਦਾ ਹੈ ਕਿ ਸਾਨੂੰ ਵੈਰਾਈਟੀਆਂ ਆਏ ਸਾਲ ਵੈਰਾਈਟੀਆਂ ਦੇਣ ਦੀ ਲੋੜ ਨਹੀਂ ਹੈ ਸਾਨੂੰ ਇੱਕ ਕੁਆਲਿਟੀ ਦੇਣ ਦੀ ਲੋੜ ਹੈ ਜਿਹੜੀ ਕਿ ਕੋਈ ਵੈਰਾਈਟੀ ਹੈ ਭਾਵੇਂ ਉਹ ਮਤਲਬ ਮਤਲਬ ਜਿਆਦਾ ਵਧੀਆ ਹੋਵੇ ਜਿਹੜੀ ਕਿ ਪੁਰਾਣੀ ਹੈ ਉਹਦੀ ਕੁਆਲਿਟੀ ਹੋਵੇ ਜਿਹੜੀ ਸਾਡੇ 3-4 ਸਾਲ ਚੱਲੇ ਬਿਕੋਜ਼ ਹੁਣ ਕੀ ਹੁੰਦਾ ਹੈ ਹੁਣ ਆਏ ਸਾਲ ਨਵੀਂ ਵੈਰਾਈਟੀ ਆ ਜਾਂਦੀ ਹੈ ਫਾਰਮਰ ਨੂੰ ਆਏ ਸਾਲ ਨਵੀਂ ਵੈਰਾਈਟੀ ਪਰਚੇਸ ਕਰਨੀ ਪੈਂਦੀ ਹੈ ਜਿਹਦੇ ਨਾਲ ਉਹਦਾ ਇਕਨੋਮਿਕ ਲਾਸ ਹੁੰਦਾ ਜਦੋਂ ਆਏ ਸਾਲ ਉਹ ਬੀਜ ਤੇ ਪੈਸਾ ਖਰਚ ਕਰਦਾ ਤਾਂ ਉਹਦੀ ਉਹ ਜਿਹੜੀ ਕੋਈ ਸੇਵਿੰਗ ਹੁੰਦੀ ਹੈ ਉਹ ਉਹਦੇ ਤੇ ਸਪੈਂਡ ਹੁੰਦੀ ਹੈ ਤੇ ਇਹ ਜਦੋਂ ਸੀਵਿੰਗਸ ਜਾਂ ਕਾਸਟ ਆਫ ਆਪਰੇਸ਼ਨਸ ਦੀ ਗੱਲਾਂ ਨੇ ਇਹਦੇ ਵਿੱਚ ਇੱਕ ਫਰਟੀਲਾਈਜ਼ਰ ਦੀ ਵੀ ਚੀਜ਼ ਹੈਗੀ ਰਾਈਟ um ਇਹਦੇ ਬਾਰੇ ਵੀ ਤੁਸੀਂ ਮੈਨੂੰ ਦੱਸ ਰਹੇ ਸੀ ਮੈਮ ਜਿਹੜਾ ਕਿ ਇੰਟੈਂਸਿਵ ਯੂਜ਼ ਆਫ ਫਰਟੀਲਾਈਜ਼ਰ ਹੋ ਰਿਹਾ ਪੰਜਾਬ ਦੇ ਵਿੱਚ ਇਹਦੇ ਵਿੱਚ ਕੀ ਹੋ ਰਿਹਾ ਕੀ ਮਤਲਬ ਸਾਡੇ ਕੋਈ ਲੈਬ ਟੈਸਟ ਸੋਇਲ ਟੈਸਟਿੰਗ ਲੈਬਸ ਨਹੀਂ ਹੈ ਕੋਈ ਵਾਟਰ ਟੈਸਟਿੰਗ ਲੈਬਸ ਨਹੀਂ ਹੈ ਜੇ ਕੋਈ ਹੈਗੀਆਂ ਨੇ ਉਹ ਮਤਲਬ ਇੱਕ ਯੂਨੀਵਰਸਿਟੀ ਕੋਲੇ ਆ ਜਾਂ ਉਹ ਡਿਸਟ੍ਰਿਕਟ ਲੈਵਲ ਤੇ ਹੈਗੀਆਂ ਬਟ ਲੋਕ ਉਸ ਬਾਰੇ ਅਵੇਅਰ ਨਹੀਂ ਹੈਗੇ ਐਂਡ ਉਹਨਾਂ ਨੂੰ ਪਤਾ ਹੀ ਨਹੀਂ ਕਿ ਜੇ ਅਸੀਂ ਸੋਇਲ ਟੈਸਟ ਕਰਾ ਲਈ ਤਾਂ ਉਹਦੇ ਨਾਲ ਸਾਨੂੰ ਕੀ ਫਾਇਦਾ ਜਾਂ ਵਾਟਰ ਟੈਸਟ ਕਰਾ ਲਈ ਉਹਦਾ ਕੀ ਫਾਇਦਾ ਹਾਂਜੀ ਮੈਮ ਜਿਹੜੀ ਸੋਇਲ ਟੈਸਟਿੰਗ ਹੈ ਲਾਈਕ ਦੇਖੋ ਜੀ ਅਸੀਂ ਸੋਇਲ ਟੈਸਟਿੰਗ ਕਰਾਉਂਦੇ ਆ ਉਹਦੇ ਨਾਲ ਸਾਨੂੰ ਮਾਈਕਰੋ ਨਿਊਟ੍ਰੀਐਂਟਸ ਮੈਕਰੋ ਨਿਊਟ੍ਰੀਐਂਟਸ ਬਾਰੇ ਪਤਾ ਲੱਗਦਾ ਹੈ ਆਰਗੈਨਿਕ ਮੈਟਰ ਇਨਾਰਗੈਨਿਕ ਮੈਟਰ ਬਾਰੇ ਸਾਨੂੰ ਪਤਾ ਲੱਗਦਾ ਮਿੱਟੀ ਦੇ ਠੀਕ ਹੈ ਜੀ ਦੇ ਮੁਤਾਬਿਕ ਅਸੀਂ ਆਪਦੇ ਜਿਹੜੀਆਂ ਮਤਲਬ ਰਈਆਂ ਸੁਪਰੀਆਂ ਅਸੀਂ ਉਹ ਰੈਗੂਲੇਟ ਕਰ ਸਕਦੇ ਆ। ਹਮਮ ਆਈ ਮੀਨ ਫਰਟੀਲਾਈਜ਼ਰਸ ਰੈਗੂਲੇਟ ਕਰ ਸਕਦੇ ਆ। ਦੂਜੀ ਗੱਲ ਜਿਹੜੀ ਵਾਟਰ ਟੈਸਟਿੰਗ ਦੀ ਗੱਲ ਹੈ ਵਾਟਰ ਟੈਸਟਿੰਗ ਜੇ ਅਸੀਂ ਵਾਟਰ ਟੈਸਟਿੰਗ ਕਰਾਉਣੇ ਆ ਤਾਂ ਇੱਕ ਤਾਂ ਸਾਨੂੰ ਉਹਦੇ ਚ ਸਾਡਾ ਉਹਦਾ ਖਾਰਾ ਪਾਣੀ ਪਤਾ ਚੱਲਦਾ ਕਿ ਇੱਥੇ ਕਿੰਨਾ ਲੈਵਲ ਹੈ ਸਲਿਨਿਟੀ ਦਾ ਹਮ ਐਸਿਡਿਟੀ ਦਾ ਜਾਂ ਐਲਕੈਲਿਨਿਟੀ ਦਾ ਉਹ ਚੀਜ਼ਾਂ ਨੂੰ ਅਸੀਂ ਫਿਰ ਉਸ ਅਕੋਰਡਿੰਗ ਆਪਣੀਆਂ ਫਸਲਾਂ ਨੂੰ ਵੀ ਵੀ ਸਕਦੇ ਆ। ਜੀ ਦੇਖੋ ਮਤਲਬ ਜੇ ਤੁਸੀਂ ਅਬੋਰ ਸਾਈਡ ਜਾਓ ਤਾਂ ਉੱਥੇ ਪਾਣੀ ਬਹੁਤ ਖਾਰਾ ਹੈ ਹੂੰ ਉਹਦੇ ਕਰਕੇ ਉਹ ਦੇ ਆਰ ਨਾਟ ਯੂジング ਦਾ ਸੋਇਲ ਮਤਲਬ ਅੰਡਰਗਰਾਉਂਡ ਵਾਟਰ ਜੀ ਠੀਕ ਹੈ ਮੋਗਾ ਸਾਈਡ ਜਾਓਗੇ ਤਾਂ ਅੰਡਰਗਰਾਉਂਡ ਵਾਟਰ ਬਹੁਤ ਥੱਲੇ ਚਲਾ ਗਿਆ ਤੁਸੀਂ ਜੇ ਤੁਸੀਂ ਮਤਲਬ ਕੰਡੀ ਏਰੀਆ ਮੰਨੋ ਤਾਂ ਕੰਡੀ ਏਰੀਆ ਚ ਪਾਣੀ ਦੀ ਬਹੁਤਾਤ ਹੈ ਬਟ ਉੱਥੇ ਕੋਈ ਮਤਲਬ ਹਾਰਟੀਕਲਚਰ ਬੈਲਟ ਹੋਣੀ ਚਾਹੀਦੀ ਹੈ ਕੰਡੀ ਏਰੀਆ ਕਿ ਜਿਹਨੂੰ ਪਾਣੀ ਦੀ ਵੱਧ ਲੋੜ ਹੈ ਉਹੋ ਜਿਹਾ ਅਸੀਂ ਮਤਲਬ ਸਿਸਟਮ ਅਪਣਾ ਸਕਦੇ ਹਾਂ ਬਟ ਉਹੀ ਚੀਜ਼ ਹੈ ਵੀ ਇਹਨੂੰ ਮੈਨੇਜ ਕਰਨਾ ਚਾਹੀਦਾ ਹੈ ਕੋਈ ਤਕੜੀਆਂ ਪਾਲਿਸਿਜ਼ ਲੈ ਕੇ ਆਉਣੀਆਂ ਚਾਹੀਦੀਆਂ ਪ੍ਰੋਪਰ ਮੈਨੇਜਮੈਂਟ ਹੋਣੀ ਚਾਹੀਦੀ ਹੈ ਪੰਜਾਬ ਨੂੰ ਜ਼ونز ਦੇ ਵਿੱਚ ਵੰਡੋ ਛੋਟੇ-ਛੋਟੇ ਜ਼ونز ਦੇ ਵਿੱਚ ਜ਼ونز 'ਚ ਵੰਡ ਕੇ ਪ੍ਰੋਪਰ ਰੈਗੂਲੇਟਰੀ ਬਾਡੀਜ਼ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਉਹ ਆਰਡਰਸ ਤੇ ਸਾਰੇ ਤੇ ਧਿਆਨ ਰੱਖਣ ਤੇ ਡਾਇਵਰਸੀਫਿਕੇਸ਼ਨ ਤਾਂ ਆਟੋਮੈਟਿਕਲੀ ਹੋ ਜੂਗੀ ਜਦੋਂ ਸਾਨੂੰ ਪ੍ਰੋਪਰ ਰੇਟਸ ਮਿਲਣ ਲੱਗੇ ਪ੍ਰੋਪਰ ਮੰਡੀ ਸਿਸਟਮ ਬਣ ਲੱਗਿਆ ਸਵਾਮੀ ਨਾਥਨ ਰਿਪੋਰਟ ਲਾਗੂ ਹੋ ਗਈ ਸਾਡੇ ਤਾਂ ਤਿੰਨੋਂ ਬਿੱਲ ਵਾਪਸ ਹੋ ਗਏ ਤਾ ਫੇਰ ਮੈਨੂੰ ਲੱਗਦਾ ਕਿ ਕਿਸਾਨੀ ਸਰਵਾਈਵ ਕਰ ਸਕਦੀ ਹੈ ਜਦੋਂ ਕਿਸਾਨੀ ਨੂੰ ਸਰਵਾਈਵ ਕਰਨ ਦੀ ਗੱਲ ਆਉਂਦੀ ਹੈ ਸਾਨੂੰ ਇਹ ਵੀ ਬਹੁਤ ਦੁੱਖ ਵੀ ਹੁੰਦਾ ਹੈ ਸੁਣ ਕੇ ਬਟੇ ਇੱਕ ਇੱਕ ਕਿਸਮ ਦੀ ਸੱਚਾਈ ਬਣ ਗਈ ਹੈ ਕਿ ਕਿਸਾਨੀ ਦਾ ਫਿਊਚਰ ਕੀ ਹੈ ਹੈਨਾ ਪੰਜਾਬ ਦੇ ਪਰਿਵਾਰ ਦੇ ਵਿੱਚ ਜਦੋਂ ਕਹਿੰਦੇ ਕਿ ਸਾਡੇ ਬੱਚੇ ਕਿਸ ਪਾਸੇ ਜਾਣ ਉਹ ਕਿਸਾਨੀ ਲਿਸਟ ਦੇ ਬਿਲਕੁਲ ਲੋਅਰ ਐਂਡ ਤੇ ਆ ਜਾਂਦਾ ਹੈ ਉਹਨਾਂ ਦੀ ਟਾਪ ਚੋਇਸ ਨਹੀਂ ਹੁੰਦੀ ਤੇ ਤੁਸੀਂ ਇਹਦੇ ਬਾਰੇ ਕੀ ਕਹਿ ਸਕਦੇ ਹੋ ਮੈਡਮ ਇਹ ਕਿਸੇ ਦਿਨ ਟੌਪ ਲਿਸਟ ਤੇ ਸੀਗਾ ਬਟ ਅੱਜ ਲੋ ਲਿਸਟ ਤੇ ਤਾਂ ਆ ਗਿਆ ਬਿਕੋਜ਼ ਸਾਡੀ ਜਿਹੜੀ ਇਨਕਮ ਹੈ ਫਰੋਮ ਦਾ ਲੈਂਡ ਉਹ ਇੱਕ ਸਟੈਗਨੇਟ ਹੋ ਗਈ ਹੈ ਇੱਕ ਰੁਕ ਗਈ ਹੈ ਠੀਕ ਹੈ ਔਰ ਸਾਡੇ ਜਿਹੜੇ ਖਰਚੇ ਹੈ ਉਹ ਦਿਨ-ਬਦਨ ਮਹਿੰਗਾਈ ਏਨੀ ਹੈ ਤੁਸੀਂ ਫਿਊਲ ਪ੍ਰਾਈਸਸ ਦੇਖ ਲਓ ਕਿੰਨੇ ਜ਼ਿਆਦਾ ਨੇ ਜੇ ਮਾਰਕੀਟ ਚ ਕੋਈ ਹੋਰ ਚੀਜ਼ੇ ਹੋ ਤਾਂ ਉਹਨਾਂ ਦੇ ਰੇਟ ਬਹੁਤ ਨੇ ਤਾਂ ਉਹ ਜਿਹੜਾ ਕਿ ਡਿਫਰੈਂਸ ਸੀਗਾ ਇਨਕਮ ਤੇ ਐਕਸਪੈਂਸਸ ਦੇ ਵਿੱਚ ਉਹ ਅੱਜ ਬਰਾਬਰ ਹੁੰਦੇ ਐ। ਦੈਟਸ ਵਾਈ ਲੋਕ ਸੋਚਦੇ ਐ ਵੀ ਜੇ ਅਸੀਂ ਇੱਥੋਂ ਕਮਾ ਕੀ ਇੱਥੇ ਖਰਚਣਾ ਤਾਂ ਅਸੀਂ ਨਹੀਂ ਕਰ ਸਕਦੇ। ਹਮ दैट्स व्हाई आई एम सेइंग अगेन एंड अगेन ਕਿ ਸਾਨੂੰ ਕੋਈ ਰਿਫਾਰਮਸ ਲੈ ਕੇ ਆਉਣੇ ਚਾਹੀਦੇ ਆ ਕੋਈ ਮਤਲਬ ਇਸ ਐਸੀਆਂ ਪਾਲਿਸਿਜ਼ ਜਾਂ ਸੁਆਮੀਨਾਥਨ ਰਿਪੋਰਟ ਹੀ ਕੱਲੀ ਲਾਗੂ ਕਰ ਦੇਣ ਪੰਜਾਬ ਦੇ ਵਿੱਚ ਤਾਂ ਉਹ ਉਸ ਦੇ ਨਾਲ ਹੀ ਬਹੁਤ ਮਸਲਾ ਹੱਲ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਟਾਪ ਪ੍ਰਾਇੋਰਟੀ ਤੇ ਆ ਜਾਣਾ ਐਗਰੀਕਲਚਰ ਐਗਰੀਕਲਚਰ ਮਾੜਾ ਨਹੀਂ ਹੈ ਐਗਰੀਕਲਚਰ ਦੇਖੋ ਐਗਰੀਕਲਚਰ ਸਟੇਟ ਹੈ ਤੁਸੀਂ ਪੰਜਾਬ 'ਚ ਹੋਰ ਕਰੋਗੇ ਕੀ ਠੀਕ ਹੈ ਇੱਥੋਂ ਇੱਕ ਫੂਡ ਮਤਲਬ ਤੁਸੀਂ ਪ੍ਰੋਡਿਊਸ ਕਰਕੇ ਦੇ ਰਹੇ ਹੋ ਟੂ ਨਾਟ ਟੂ ਇੰਡੀਆ ਟੂ ਦ ਵਰਲਡ ਦੇਖੋ wheat ਦੇ ਵਿੱਚ ਅਸੀਂ 7th ਲਾਰਜੇਸਟ ਪ੍ਰੋਡਿਊਸਰ ਹੈ ਐਂਡ rice ਦੇ ਵਿੱਚ ਅਸੀਂ 3rd ਲਾਰਜੇਸਟ ਪ੍ਰੋਡਿਊਸਰ ਹੈ ਤਾਂ ਇੱਕ ਲਾਰਜੇਸਟ ਪ੍ਰੋਡਿਊਸਰ ਹੋਣਾ ਵੱਡੀ ਮਾਣ ਵਾਲੀ ਗੱਲ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇੱਕ ਐਗਰੀਕਲਚਰ ਮਤਲਬ ਫੀਲ ਸੈਕਟਰ ਹੈ ਨਹੀਂ ਕਦੇ ਵੀ ਫੇਲ ਨਹੀਂ ਹੋਊਗਾ ਨਹੀਂ ਹੋਇਆ ਤੇ ਬਟ ਇਹਨੂੰ ਰਿਫਾਰਮਸ ਤੇ ਕੁਝ ਸਾਡੀਆਂ ਨਵੀਆਂ ਮਤਲਬ ਪਾਲਿਸੀਜ਼ ਲੈ ਕੇ ਆਉਣ ਦੀ ਲੋੜ ਹੈ ਜੀ ਬਿਲਕੁਲ ਆਮ ਆਈ ਥਿੰਕ ਨਵੀਂ ਪਾਲਿਸੀਜ਼ ਦੇ ਗੱਲ ਤੇ ਤਾਂ ਇਹ ਪੂਰੀ ਅੰਦੋਲਨ ਇਸ ਵੇਲੇ ਖੜਾ ਹੋਇਆ ਹੈ ਬਟ ਇਨਨੀਆਂ ਕੇਸ ਅਮਰਿੰਦਰ ਸਿੰਘ ਬਰਾੜੀ ਥੈਂਕ ਯੂ so much for your time ਤੁਹਾਡਾ ਜੋ ਤਜਰਬਾ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਟੂਡੈਂਟ ਰਿਸਰਚਰ ਉੱਥੇ ਤੁਸੀਂ ਇੰਨਾ ਸਮਾਂ ਗੁਜ਼ਾਰਿਆ ਤੇ ਤੁਹਾਡੇ ਪਰਿਵਾਰਕ ਤੌਰ ਤੇ ਵੀ ਜੋ ਤੁਹਾਡਾ ਐਗਰੀਕਲਚਰ ਫਾਰਮਿੰਗ ਪ੍ਰੋਗਰੈਸਿਵ ਫਾਰਮਿੰਗ ਦੇ ਵਿੱਚ ਜਾਦ ਵੱਧ ਸਾਲਾਂ ਦਾ ਐਕਸਪੀਰੀਅੰਸ ਤੁਹਾਡੀ ਪਰਿਵਾਰ ਦਾ ਰਿਹਾ ਹੈ ਉਹਦੀ ਵੀ ਤੁਸੀਂ ਥੋੜੀ ਜਿਹੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਥੈਂਕ ਯੂ so much for that um ਇਹ ਦਿਨਾਲੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਇਸ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ ਕੋਈ ਕੁਐਸਚਨਸ ਕਮੈਂਟਸ ਕਨਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ on for justbroadcasting.com ashmitajustbroadcasting.com ਇਸੰਦਨਲ ਨੂੰ ਲੈ ਕੇ ਤੇ ਇਸ ਮਸਲੇ ਇਸ ਇਸ਼ੂ ਨੂੰ ਲੈ ਕੇ ਤੁਹਾਡੇ ਕੋਲ ਹਰ ਇੱਕ ਜਾਣਕਾਰੀ ਤੇ ਇਨਫੋਰਮੇਸ਼ਨ ਜੋ ਰਿਲੇਵੈਂਟ ਹੈ ਅੱਜ ਦੀ ਡੇਟ ਦੇ ਵਿੱਚ ਪ੍ਰੋਵਾਈਡ ਕਰਦੇ ਰਵਾਂਗੇ ਬਟ ਹੁਣ ਸਾਨੂੰ ਦਿਓ ਇਜਾਜ਼ਤ ਸਸ਼ੇ ਕਾਲ thank you